जे गल करिए बीइंग अ बॉक्सर, तुहानू जिहड़ी बॉक्सिंग है उह तुहानू लगदा है कि जिंदगी च रास आ गई, डिसीजन सही सी बॉक्सिंग चूज करन दा? बहुत सही डिसीजन सीगा जी, ते घरदिआं तों घरदे बहुत कहिंदे सी कि तूं ना इधर जा, तेरे बस दा काम नहीं हैगा। तुसीं पहलां कहिंदे वी स्विमिंग वी करदे रहे हो जी, स्विमिंग छड्ड के बॉक्सिंग चाउण दा कोई कारण? ਬਜਿੰਦਰ ਜੀ ਸਿਰਫ 2-3 ਸਾਲ ਬਾਅਦ ਮੈਂ ਉਹਨਾਂ ਨਾਲ ਇੰਡੀਆ ਟੀਮ ਦੇ ਵਿੱਚ ਫਾਈਟ ਲਾ ਰਿਹਾ ਸੀਗਾ ਜੀ, ਤੇ ਮੈਂ ਉਹਨਾਂ ਨੂੰ ਜਦੋਂ ਪਹਿਲੀ ਵਾਰੀ ਮੇਰੀ ਮੈਚ ਹੋਇਆ ਮੈਂ ਕਿਹਾ ਬਾਈ ਜੀ ਮੈਂ ਇਹ ਚੀਜ਼ ਸੋਚ ਕੇ ਆਇਆ ਸੀਗਾ, ਤੇ ਜਦੋਂ ਮੈਂ ਪਹਿਲੀ ਵਾਰੀ ਬੋਕਸਿੰਗ ਲਈ ਘਰੋਂ ਨਿਕਲਿਆ ਸੀਗਾ ਤਾਂ ਮੈਂ ਸੋਚਿਆ ਸੀ ਕਿ ਮੈਂ ਇੱਕ ਦਿਨ ਬਾਈ ਜੀ ਨਾਲ ਫਾਈਟ ਲਾਉਣੀ, ਜਿਹੜਾ ਜਨੂੰਨ ਸੀਗਾ ਦਿਲ ਦੇ ਵਿੱਚ ਉਹਨੇ ਇੰਨੀ ਛੇਤੀ ਸਾਰਾ ਕੁਝ ਕਰਵਾਤਾ ਵੀ ਮਹਾਰਾਜ ਦੀ ਕਿਰਪਾ ਲਾ ਲਓ ਗੁਰੂ ਤੇਗ ਬਹਾਦਰ ਸਾਹਿਬ ਦੀ, ਤੇ ਮੈਂ ਸਿਰਫ 1-2 ਸਾਲਾਂ 'ਚ ਹੀ ਉਹਨਾਂ ਤੱਕ ਪਹੁੰਚ ਗਿਆ ਸੀ ਤੇ ਉਹਨਾਂ ਨਾਲ ਪ੍ਰੈਕਟਿਸ ਕਰ ਰਿਹਾ ਸੀ। ਮੈਨੂੰ ਪਤਾ ਲੱਗਿਆ ਵੀ ਤੁਸੀਂ ਪਹਿਲੇ ਸਾਲ ਦੇ ਵਿੱਚ ਵੀ ਜਿਹੜਾ ਪਹਿਲੇ ਸਾਲ 'ਚ ਜਿਹੜਾ ਨੈਸ਼ਨਲ ਮੈਡਲ ਉਹ ਵਿਨ ਕਰ ਗਏ ਸੀਗੇ। ਹਾਂਜੀ ਹਾਂਜੀ, ਪਹਿਲੇ ਸਾਲ ਹੀ ਮੇਰਾ ਨੈਸ਼ਨਲ ਮੈਂ ਚੈਂਪੀਅਨ ਹੋ ਗਿਆ ਸੀਗਾ ਜੀ, ਗੋਲਡ ਮੈਡਲ ਆਇਆ ਸੀ ਨੈਸ਼ਨਲ ਦੇ ਵਿੱਚ, ਉਸ ਤੋਂ ਬਾਅਦ ਮੇਰਾ ਸੀਨੀਅਰ ਨੈਸ਼ਨਲ ਦੇ ਵਿੱਚ ਸਿਲਵਰ ਮੈਡਲ ਆਇਆ ਸੀਗਾ, ਫਿਰ ਮੈਨੂੰ ਕਜ਼ਾਕਿਸਤਾਨ ਜਿਹੜੀ ਪ੍ਰੀ ਓਲੰਪਿਕਸ ਹੁੰਦੀ ਹੈ ਜੀ ਪ੍ਰੈਜ਼ੀਡੈਂਟ ਕੱਪ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਮੈਂ ਜਿਹੜੀ ਜ਼ਿੰਦਗੀ 'ਚ ਸਿੱਖੀ ਆ ਵੀ ਜਦੋਂ ਬੁਰਾ ਵਕਤ ਆ ਜਾਵੇ ਉਦੋਂ ਵੀ ਤੁਸੀਂ ਆਪਣੀ ਉਸੇ ਪੇਸ 'ਤੇ ਚੱਲੀ ਚੱਲੋ ਅਤੇ ਉਹ ਵੀ ਨਿਕਲ ਜੂਗਾ, ਔਰ ਜਿਹੜਾ ਤੁਹਾਨੂੰ ਬੁਰੇ ਵਕਤ ਦਾ ਖਮਿਆਜ਼ਾ ਉਹ ਵੀ ਤੁਹਾਨੂੰ ਨਾਲ ਮਿਲਣਾ। ਤਾਂ ਤੁਹਾਡੇ ਕੋਲ ਕਹਿ ਲਓ ਕਿ ਜਿੰਨੀ ਕੁ ਬੰਦੇ ਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਚਾਹੀਦੀ ਹੈ ਉਸੀ ਆਲਰੇਡੀ, ਤੁਹਾਡੇ ਕੋਈ ਇੱਦਾਂ ਤੰਗੀ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ, ਪਰ ਫਿਰ ਵੀ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿਵੇਂ ਸਾਈਕਲ 'ਤੇ ਸਕੂਲ ਜਾਣਾ, ਆਪਦੇ ਆਪ ਨੂੰ ਹਾਰਡ ਵਰਕ ਦੇ ਵਿੱਚ ਪਾਉਣਾ, ਉਹ ਚੀਜ਼ਾਂ ਤੁਸੀਂ ਕੀਤੀਆਂ? ਕੁਦਰਤੀ ਸਾਡੇ ਪੇਰੈਂਟਸ ਨੇ ਮੈਨੂੰ, ਮੇਰੇ ਪੇਰੈਂਟਸ ਨੇ ਸ਼ੁਰੂ ਤੋਂ ਹੀ ਇਹ ਗੱਲ ਦਾ ਯਕੀਨ ਦਵਾਤਾ ਸੀਗਾ ਵੀ ਦੇਖ ਕੋਈ ਚੀਜ਼ ਤੈਨੂੰ ਸੁੱਖ ਦਊ ਜਿਹੜੀ ਤੇਰੀ ਹੋਊਗੀ ਜੀ, ਜੇ ਤੂੰ ਸਾਡੇ ਤੋਂ ਲੈ ਕੇ ਕੋਈ ਚੀਜ਼ ਦਾ ਸੁੱਖ ਪਾਲੇਗਾ ਉਹਨੇ ਤੈਨੂੰ ਤੇਰੇ ਨਾਲ ਵਫਾ ਨਹੀਂ ਕਰਨਾ। ਇੰਨੇ ਸਾਲ ਹੋ ਗਏ ਹੁਣ ਲਗਭਗ, 12-13 ਸਾਲ ਹੋ ਗਏ ਤੁਸੀਂ ਬਾਕਸਿੰਗ ਖੇਡ ਰਹੇ ਹੋ, ਲਗਾਤਾਰ ਮੈਡਲ ਜਿੱਤ ਰਹੇ ਹੋ, ਕੋਈ ਸ਼ਿਕਵਾ ਕੋਈ ਗਿਲਾ ਕਿਸੇ ਕਹਿ ਲਓ ਕਿ ਚਾਹੇ ਉਹ ਸਰਕਾਰ ਹੈ ਚਾਹੇ ਕੋਈ ਕੋਚ ਹੈ? ਉਹ ਦਿੱਕਤਾਂ ਐਕਚੁਅਲੀ ਤੁਹਾਨੂੰ ਰੋਕਣ ਲਈ ਨਹੀਂ ਹੁੰਦੀਆਂ, ਉਹ ਤੁਹਾਨੂੰ ਸਿਖਾਉਣ ਲਈ ਅਤੇ ਹੋਰ ਇਨੀਸ਼ੀਏਟ ਕਰਨ ਲਈ ਹੁੰਦੀਆਂ ਨੇ, ਬੂਸਟ ਕਰਨ ਲਈ ਹੁੰਦੀਆਂ ਨੇ ਜੇ ਆਪਾਂ ਨੂੰ ਸਹੀ ਮਾਇਨੇ 'ਚ ਲਈਏ ਤਾਂ। ਮੇਰਾ ਤਾਂ ਜ਼ਿੰਦਗੀ ਦਾ ਤਜਰਬਾ ਹੈ ਜੇ ਤੁਹਾਡੀ ਨੀਅਤ ਸਾਫ਼ ਹੈ ਅਤੇ ਤੁਸੀਂ ਹਾਰਡ ਵਰਕਿੰਗ ਹੋ, ਹਰ ਹੱਦ ਤੱਕ ਤੁਸੀਂ ਜਾਣ ਲਈ ਤਿਆਰ ਹੋ ਆਪਣੇ ਕਿਸੇ ਵੀ ਜਨੂੰਨ ਨਾਲ, ਤਾਂ ਡੈਫੀਨੇਟਲੀ ਤੁਹਾਨੂੰ ਸਕਸੈਸ ਮਿਲਣਾ ਹੀ ਹੈ। ਜੇ ਕੋਈ ਬੰਦਾ ਤੁਹਾਨੂੰ ਪਿੱਛੇ ਲੈ ਕੇ ਵੀ ਜਾ ਰਿਹਾ ਤਾਂ ਉਹ ਵੀ ਤੁਹਾਡੇ ਫਾਇਦੇ ਲਈ ਲੈ ਕੇ ਜਾ ਰਿਹਾ, ਨੇਸਵੇਰ ਹੋ ਸਕਦਾ ਪਰ ਮਿਲੇਗਾ ਜ਼ਰੂਰ, ਨਹੀਂ ਰੁਕਦਾ ਬੱਦਲ ਕਦੇ ਸੂਰਜ ਨੂੰ ਲੁਕੋ ਕੇ ਨਹੀਂ ਰੱਖ ਸਕਦੇ, ਜਿਹਨੇ ਚਮਕਣਾ ਉਹਨੇ ਚਮਕ ਹੀ ਜਾਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਿਰਦੌਸ ਪੰਜਾਬੀ, ਮੈਂ ਹਾਂ ਪ੍ਰਭ ਸਿੱਧੂ, ਮੇਰੇ ਨਾਲ ਅੱਜ ਜਿਹੜੇ ਗੈਸਟ ਨੇ ਉਹ ਗੈਸਟ ਬੋਕਸਰ ਨੇ ਅਤੇ ਉਹਨਾਂ ਨੇ ਸਾਡੀ ਸਟੇਟ ਨੂੰ ਕਈ ਮੈਡਲ ਨੇ ਜਿਹੜੇ ਉਹ ਦਿੱਤੇ ਨੇ। ਅੱਜ ਤੁਹਾਡੀ ਮੁਲਾਕਾਤ ਹੈ ਜਿਹੜੀ ਉਹ ਕੰਵਰਪ੍ਰੀਤ ਸਿੰਘ ਬੈਣੀਵਾਲ ਦੇ ਨਾਲ ਕਰਵਾ ਰਹੇ ਹਾਂ, ਜੋ ਕਿ ਪਟਿਆਲਾ ਦੇ ਰਹਿਣ ਵਾਲੇ ਨੇ, ਉਹਨਾਂ ਦੇ ਨਿੱਜੀ ਤਜ਼ਰਬੇ ਨੇ ਜਿਹੜੇ ਉਹ ਜਾਣਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਸਤਿ ਸ਼੍ਰੀ ਅਕਾਲ ਜੀ। ਕੰਵਰ ਜੀ, ਜੇ ਗੱਲ ਕਰੀਏ ਬੀਇੰਗ ਅ ਬੋਕਸਰ, ਤੁਹਾਨੂੰ ਜਿਹੜੀ ਬੋਕਸਿੰਗ ਹੈ ਉਹ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ 'ਚ ਰਾਸ ਆ ਗਈ, ਡਿਸੀਜ਼ਨ ਸਹੀ ਸੀ ਬੋਕਸਿੰਗ ਚੂਜ਼ ਕਰਨ ਦਾ? ਬਹੁਤ ਸਹੀ ਡਿਸੀਜ਼ਨ ਸੀਗਾ ਜੀ, ਅਤੇ ਘਰਦਿਆਂ ਤੋਂ ਘਰਦੇ ਬਹੁਤ ਕਹਿੰਦੇ ਸੀ ਵੀ ਤੂੰ ਨਾ ਇੱਧਰ ਜਾ, ਤੇਰੇ ਬਸ ਦਾ ਕੰਮ ਨਹੀਂ ਹੈਗਾ, ਬਟ ਦਿਲੋਂ ਲਿਆ ਸੀਗਾ ਅਤੇ ਬਹੁਤ ਰਾਸ ਹੈ ਜੀ। ਜੀ, ਤੁਸੀਂ ਪਹਿਲਾਂ ਕਹਿੰਦੇ ਵੀ ਸਵਿਮਿੰਗ ਵੀ ਕਰਦੇ ਰਹੇ ਹੋ ਜੀ, ਸਵਿਮਿੰਗ ਛੱਡ ਕੇ ਬੋਕਸਿੰਗ 'ਚ ਆਉਣ ਦਾ ਕੋਈ ਕਾਰਨ? ਸਵਿਮਿੰਗ ਦੇ ਵਿੱਚ ਇਹ ਸੀਗਾ ਜੀ, ਆਪਣੇ ਜਿਵੇਂ ਵੈਦਰ ਹੈ ਜਿਹੜਾ ਉਹ ਸੂਟੇਬਲ ਨਹੀਂ ਹੈਗਾ ਸਵਿਮਿੰਗ ਲਈ, ਠੀਕ ਹੈ ਉਹਨੂੰ, ਔਰ ਸਵਿਮਿੰਗ ਇੱਕ ਐਸੀ ਗੇਮ ਹੈ ਤੁਸੀਂ ਇੱਕ ਦਿਨ ਵੀ ਉਹਨੂੰ ਸਕਿੱਪ ਕਰੋਗੇ ਤਾਂ ਤੁਹਾਡੀ ਪਰਫੋਰਮੈਂਸ ਬਹੁਤ ਪਿੱਛੇ ਚੱਲ ਜਾਂਦੀ ਹੈ ਜੀ, ਅਤੇ ਸਰਦੀਆਂ ਦੇ ਵਿੱਚ ਆਪਣੇ ਇੱਥੇ ਕੋਈ ਇਨਡੋਰ ਪੂਲ ਹੈ ਨਹੀਂ ਸੀ ਅਤੇ ਬੈਂਗਲੌਰ ਜਾਣਾ ਪੈਣਾ ਸੀਗਾ ਜੀ, ਤਾਂ ਫਿਰ ਮੈਂ ਸੋਚਿਆ ਕਿ ਕਿਉਂ ਨਾ ਕੋਈ ਐਸੀ ਗੇਮ ਕੀਤੀ ਜਾਵੇ। ਉਦੋਂ ਬਾਈ ਬਜਿੰਦਰ ਜੀ ਉਹਨਾਂ ਦੇ ਮੈਡਲ ਆਏ ਹੋਏ ਸੀਗੇ ਓਲੰਪਿਕਸ ਦੇ ਵਿੱਚ, ਮੈਡਲ ਆਇਆ ਸੀ, ਬ੍ਰੌਂਜ ਮੈਡਲ ਆਇਆ ਸੀਗਾ ਜੀ, ਉਹ ਚੀਜ਼ ਨੇ ਕਾਫੀ ਸਾਨੂੰ ਇਹ ਕੀਤਾ ਕਿ ਹਾਂ ਨੌਰਥ ਦੇ ਮੈਡਲ ਆ ਸਕਦੇ ਆ, ਅਸੀਂ ਵੀ ਕੁਛ ਕਰ ਸਕਦੇ ਹਾਂ, ਅਤੇ ਸੱਚੀ ਨੀਅਤ ਸੀਗੀ ਬੜੀ
ਬੜਾ ਦਿਲ ਦੇ ਵਿੱਚ ਉਤਸ਼ਾਹ ਸੀਗਾ ਤੇ ਤੁਸੀਂ ਯਕੀਨ ਮੰਨਿਓ ਮੈਂ ਬਾਈ ਜੀ ਉਹਨਾਂ ਨਾਲ ਵੀ ਗੱਲਾਂ ਕਰਦੇ ਸੀਗੇ ਵਿਜਿੰਦਰ ਜੀ ਉਹਨਾਂ ਨਾਲ ਸਿਰਫ 2-3 ਸਾਲ ਬਾਅਦ ਮੈਂ ਉਹਨਾਂ ਨਾਲ ਇੰਡੀਆ ਟੀਮ ਦੇ ਵਿੱਚ ਫਾਈਟ ਲਾ ਰਿਹਾ ਸੀਗਾ ਤੇ ਮੈਂ ਉਹਨਾਂ ਨੂੰ ਜਦੋਂ ਪਹਿਲੀ ਵਾਰੀ ਮੇਰੀ ਮੈਚ ਹੋਇਆ ਮੈਂ ਕਿਹਾ ਬਾਈ ਜੀ ਮੈਂ ਇਹ ਚੀਜ਼ ਸੋਚ ਕੇ ਆਇਆ ਸੀਗਾ ਤੇ ਜਦੋਂ ਮੈਂ ਪਹਿਲੀ ਵਾਰੀ ਬੋਕਸਿੰਗ ਲਈ ਘਰੋਂ ਨਿਕਲਿਆ ਸੀਗਾ ਤਾਂ ਮੈਂ ਸੋਚਿਆ ਸੀ ਕਿ ਮੈਂ ਇੱਕ ਦਿਨ ਬਾਈ ਜੀ ਨਾਲ ਫਾਈਟ ਲਾਉਣੀ ਹੈ ਤੇ ਮੈਂ ਫਿਰ ਇਹ ਵੀ ਸੋਚਿਆ ਵੀ ਪਤਾ ਨਹੀਂ ਬਾਈ ਜੀ ਉਦੋਂ ਤੱਕ ਗੇਮ ਕਰਨਗੇ ਜਦੋਂ ਤੱਕ ਅਸੀਂ ਉਦੋਂ ਪਹੁੰਚਣਾ ਪਰ ਜਿਹੜਾ ਜਨੂੰਨ ਸੀਗਾ ਦਿਲ ਦੇ ਵਿੱਚ ਉਹਨੇ ਇੰਨੀ ਛੇਤੀ ਸਾਰਾ ਕੁਛ ਕਰਵਾਤਾ ਵੀ ਮਹਾਰਾਜ ਦੀ ਕਿਰਪਾ ਲਾ ਲਓ ਗੁਰੂ ਤੇਗ ਬਹਾਦਰ ਸਾਹਿਬ ਦੀ ਤੇ ਮੈਂ ਸਿਰਫ 1-2 ਸਾਲਾਂ 'ਚ ਹੀ ਉਹਨਾਂ ਤੱਕ ਪਹੁੰਚ ਗਿਆ ਸੀ ਤੇ ਉਹਨਾਂ ਨਾਲ ਪ੍ਰੈਕਟਿਸ ਕਰ ਰਿਹਾ ਸੀਗਾ ਮੈਨੂੰ ਪਤਾ ਲੱਗਿਆ ਵੀ ਤੁਸੀਂ ਪਹਿਲੇ ਸਾਲ ਦੇ ਵਿੱਚ ਵੀ ਜਿਹੜਾ ਪਹਿਲੇ ਸਾਲ 'ਚ ਜਿਹੜਾ ਨੈਸ਼ਨਲ ਮੈਡਲ ਉਹ ਵਿਨ ਕਰ ਗਏ ਸੀਗੇ ਹਾਂਜੀ ਹਾਂਜੀ ਪਹਿਲੇ ਸਾਲ ਹੀ ਮੇਰਾ ਨੈਸ਼ਨਲ ਮੈਂ ਚੈਂਪੀਅਨ ਹੋ ਗਿਆ ਸੀਗਾ ਜੀ ਗੋਲਡ ਮੈਡਲ ਆਇਆ ਸੀ ਨੈਸ਼ਨਲ ਦੇ ਵਿੱਚੋਂ ਉਸ ਤੋਂ ਬਾਅਦ ਮੇਰਾ ਸੀਨੀਅਰ ਨੈਸ਼ਨਲ ਦੇ ਵਿੱਚ ਸਿਲਵਰ ਮੈਡਲ ਆਇਆ ਸੀਗਾ ਫਿਰ ਮੈਨੂੰ ਕਜ਼ਾਕਿਸਤਾਨ ਜਿਹੜੀ ਪ੍ਰੀ ਓਲੰਪਿਕਸ ਹੁੰਦੀ ਹੈ ਜੀ ਪ੍ਰੈਜ਼ੀਡੈਂਟ ਕੱਪ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਜੀ ਸਾਰੀ ਓਲੰਪੀਅਨ ਜਿਨ੍ਹਾਂ ਨੇ ਪਾਰਟਿਸਪੇਟ ਕਰਨਾ ਹੁੰਦਾ 2012 ਦੀ ਜਿੰਨੀ ਵੀ ਓਲੰਪਿਕ ਪਾਰਟਿਸਪੇਟੈਂਟ ਸੀਗੇ ਬੌਕਸਰ ਸੀਗੇ ਉਹ ਆਏ ਹੋਏ ਸੀ ਉੱਥੇ ਜੀ ਤੇ ਉੱਥੇ ਮੈਂ ਏਸ਼ੀਅਨ ਗੇਮਸ ਦੇ ਬ੍ਰੌਂਜ਼ ਮੈਡਲਿਸਟ ਨੂੰ ਹਰਾਇਆ ਸੀਗਾ ਜੀ ਤੇ ਜਿਹੜੇ ਓਲੰਪਿਕ ਦੇ ਸਿਲਵਰ ਮੈਡਲਿਸਟ ਨੇ ਕਜ਼ਾਕਿਸਤਾਨ ਦੇ ਤੇ ਵਰਲਡ ਚੈਂਪੀਅਨ ਨੇਗੇ ਉਹ ਉਹਨਾਂ ਤੋਂ ਮੈਂ ਲੂਜ਼ ਕਰ ਗਿਆ ਸੀ ਫਾਈਟ ਬ੍ਰੌਂਜ਼ ਮੈਡਲ ਮੇਰਾ ਉੱਥੇ ਆਇਆ ਸੀਗਾ ਜੀ ਉਸ ਤੋਂ ਬਾਅਦ ਵਿੱਚੋਂ ਮੇਰਾ ਫਿਰ ਗੈਪ ਪੈ ਗਿਆ ਸੀ ਮੈਂ ਫਿਰ ਸਵਿਮਿੰਗ ਕਰਨ ਲੱਗ ਗਿਆ ਸੀ ਸਾਡੇ ਨੈਸ਼ਨਲ ਇਵੈਂਟ ਸੀ ਸਵਿਮਿੰਗ ਦਾ ਪਾਰਟਿਸਿਪੇਟ ਕੀਤਾ ਸੀ ਮੈਂ ਤੇ 2011 ਚ ਮੇਰਾ ਸ਼ੁਰੂ ਦੇ ਵਿੱਚ ਮੇਰਾ 2010 ਦੇ ਐਂਡ ਚ ਮੇਰਾ ਗੋਲਡ ਮੈਡਲ ਆ ਗਿਆ ਸੀਗਾ ਜੀ ਜੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਇਹ ਸਿਰਫ ਬੌਕਸਿੰਗ 'ਚ ਹੀ ਨਹੀਂ ਇਹ ਜਿਹੜੇ ਮੈਡਲ ਨੇ ਉਹ ਸਵਿਮਿੰਗ ਦੇ ਵਿੱਚ ਵੀ ਜਿੱਤ ਚੁੱਕੇ ਨੇ ਸੋ ਇੱਕ ਨਹੀਂ ਇਹ 2-2 ਗੇਮਾਂ ਦੇ ਮਾਹਰ ਰਹੇ ਨੇ ਉਹ ਗੱਲ ਵੱਖਰੀ ਆ ਵੀ ਬਾਅਦ 'ਚ ਇੱਕ ਨੂੰ ਤੁਸੀਂ ਪਰਟੀਕੁਲਰ ਚੂਜ਼ ਕਰ ਲਿਆ ਪਰਿਵਾਰ ਦੀ ਸਪੋਰਟ ਦੀ ਜੇਕਰ ਗੱਲ ਕਰੀਏ ਜੀ ਪਹਿਲਾਂ ਤਾਂ ਚਲੋ ਉਹਨਾਂ ਨੇ ਤੁਹਾਨੂੰ ਰੋਕਿਆ ਪਰ ਜਦੋਂ ਤੁਸੀਂ ਪੂਰੀ ਤਰ੍ਹਾਂ ਨਾਲ ਉੱਤਰ ਗਏ ਮੈਡਲ ਲਾਉਣੇ ਸਟਾਰਟ ਹੋ ਗਏ ਫਿਰ ਪਰਿਵਾਰ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਸੀ ਪਰਿਵਾਰ ਦਾ ਸ਼ੁਰੂ ਤੋਂ ਹੀ ਰਿਸਪੌਂਸ ਬਹੁਤ ਅੱਛਾ ਸੀਗਾ ਜੀ ਉਹ ਸਿਰਫ ਇਹ ਸੋਚਦੇ ਸੀਗੇ ਮੇਰੇ ਪੇਰੈਂਟਸ ਕਿ ਜਿਹੜਾ ਵੀ ਕੰਮ ਕਰੇ ਡੈਡੀਕੇਸ਼ਨ ਨਾਲ ਕਰੇ ਜੀ ਜੇ ਇਹ ਕੰਮ ਡੈਡੀਕੇਸ਼ਨ ਨਾਲ ਕਰੂਗਾ ਤਾਂ ਓਬਵੀਅਸਲੀ ਇਹ ਉਹ 'ਚ ਸਕਸੈਸ ਗੇਨ ਕਰ ਲੂਗਾ ਤੇ ਕਈ ਵਾਰ ਨਹੀਂ ਵੀ ਸੀ ਜਿਹੜੀਆਂ ਪ੍ਰਸਥਿਤੀਆਂ ਸੀ ਮੇਰੇ ਹੱਕ 'ਚ ਨਹੀਂ ਸੀ ਹੁੰਦੀਆਂ ਕਈ ਵਾਰ ਕਿਤੇ ਪਾਰਸ਼ੈਲਿਟੀ ਵੀ ਹੋ ਜਾਂਦੀ ਹੈ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਆਪਣੀ ਯੂਥ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ ਕਈ ਵਾਰ ਕੀ ਹੁੰਦਾ ਕਿ ਉਹ ਜੋ ਸੋਚਦੇ ਆ ਉਹ ਨਹੀਂ ਹੋ ਪਾਉਂਦਾ ਜੀ ਜੀ ਤੇ ਉੱਥੇ ਫਿਰ ਉਹਨਾਂ ਦਾ ਕਈ ਵਾਰ ਲੰਬਾ ਹੋ ਜਾਂਦਾ ਉਹ ਜਿਹੜਾ ਟਾਈਮ ਸਪੈਨ ਹੁੰਦਾ ਉਹ 1-2 ਸਾਲ ਨਹੀਂ ਉਹਨਾਂ ਦੀ ਪਰਫਾਰਮੈਂਸ ਉਸ ਲੈਵਲ ਤੇ ਆਉਂਦੀ ਉਹ ਟੁੱਟ ਜਾਂਦੇ ਆ ਤੇ ਉਹ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਜਿੱਥੇ ਆਪਾਂ ਸਸਟੇਨ ਕਰਨਾ ਹੁੰਦਾ ਬਿਲਕੁਲ ਜੇ ਤੁਸੀਂ ਉਸ ਚੀਜ਼ ਨੂੰ ਸਸਟੇਨ ਕਰ ਦਿੰਦੇ ਹੋ ਤਾਂ ਡੈਫੀਨੇਟਲੀ ਤੁਹਾਡਾ ਮੈਡਲ ਅੱਗੇ ਤੁਹਾਡਾ ਪਰਫਾਰਮੈਂਸ ਤੁਹਾਡਾ ਲੱਕ ਤੁਹਾਡਾ ਸਭ ਕੁਝ ਸਾਥ ਦਊਗਾ ਪਰ ਜਿਹੜਾ ਉੱਥੇ ਰਹਿ ਜਾਂਦੇ ਆ ਕੁਇਟ ਕਰ ਜਾਂਦੇ ਆ ਉਹ ਉੱਥੇ ਮਾਰ ਖਾ ਜਾਂਦੇ ਆ ਸਾਡੇ ਨਾਲ ਵੀ ਹੋਇਆ ਜੀ ਵਿੱਚ ਟਾਈਮ ਆਇਆ ਬਿਲਕੁਲ ਮੈਂ ਇਹੀ ਪੁੱਛਣਾ ਸੀ ਵੀ ਕੋਈ ਇਹੋ ਜਿਹੀ ਪਾਰਟੀਕੁਲਰ ਚੀਜ਼ ਤੁਹਾਡੇ ਨਾਲ ਪਾਰਸ਼ਲਟੀ ਹੋਈ ਹੋਵੇ ਜਾਂ ਤੁਹਾਨੂੰ ਲੱਗਿਆ ਹੋਵੇ ਵੀ ਨਹੀਂ ਇਹ ਗਲਤ ਹੋ ਰਿਹਾ ਕਈ ਵਾਰ ਕੀ ਹੁੰਦਾ ਜੀ ਪਾਰਸ਼ਲਟੀ ਲਾ ਲਓ ਕਈ ਵਾਰ ਬੰਦੇ ਨੂੰ ਵੈਸੇ ਭੁਲੇਖਾ ਲੱਗ ਜਾਂਦਾ ਵੀ ਆਪਾਂ ਜਿੱਦੇ ਸੀ ਆ ਕੁਛ ਵੀ ਹੋ ਸਕਦਾ ਜਿਹਦੇ ਨਾਲ ਬੰਦੇ ਨੂੰ ਲੱਗਦਾ ਵੀ ਮੈਂ ਕਾਬਿਲ ਸੀਗਾ ਮੈਂ ਉੱਥੇ ਨਹੀਂ ਜਾ ਪਾਇਆ ਪਰ ਇਸ ਚੀਜ਼ ਨੂੰ ਕਦੇ ਵੀ ਨੈਗੇਟਿਵ ਨਾ ਲਓ ਆਪਣੀ ਲਾਈਫ ਦੇ ਵਿੱਚ ਤੁਹਾਡਾ ਕੰਮ ਹੈ ਵਰਕ ਕਰਨਾ ਤੇ ਉਸ ਯੂਨੀਵਰਸ ਨੇ ਤੁਹਾਨੂੰ ਜਿੱਥੇ ਤੱਕ ਤੁਸੀਂ ਤੁਹਾਡੀ ਮਿਹਨਤ ਹੈ ਉੱਥੇ ਤੱਕ ਤੁਹਾਨੂੰ ਹਰ ਹਾਲਤ ਲੈ ਕੇ ਹੀ ਜਾਣਾ ਬਿਲਕੁਲ ਉਹ ਇਹ ਯੂਨੀਵਰਸ ਦਾ ਰੂਲ ਹੈ ਜਿਹੜੇ ਵੀ ਬੰਦੇ ਨੇ ਮਿਹਨਤ ਕੀਤੀ ਹੈ ਉਹਨੇ ਆਪਣੀ ਮੰਜ਼ਿਲ ਨੂੰ ਪਾਇਆ ਪਰ ਗੱਲ ਇਹ ਹੈ ਕਿ ਹਰ ਇੱਕ ਚੀਜ਼ ਦਾ ਇਗਜ਼ਾਮ ਹੁੰਦਾ ਬਿਲਕੁਲ ਤਾਂ ਉਹ ਵੀ ਚੀਜ਼ ਤੁਹਾਡੀ ਇਗਜ਼ਾਮ ਤੁਹਾਨੂੰ ਆਉਂਦਾ ਹੈ ਦੇਖਦੇ ਆ ਵੀ ਤੁਹਾਡੇ ਲਕਸ਼ ਨਾਲ ਤੁਹਾਡੇ ਕੰਮ ਨਾਲ ਕਿੰਨਾ ਪਿਆਰ ਹੈ ਜਦੋਂ ਗੁੱਡ ਰਿਜ਼ਲਟਸ ਆਉਂਦੇ ਆ ਤੁਸੀਂ ਉਦੋਂ ਹੀ ਮਿਹਨਤ ਕਰ ਰਹੇ ਹੋ ਜਾਂ ਫਿਰ ਬੈਡ ਟਾਈਮ ਦੇ ਵਿੱਚ ਵੀ ਤੁਸੀਂ ਉਹਨੂੰ ਸਸਟੇਨ ਰੱਖਦੇ ਹੋ ਤਾਂ ਮੈਂ ਜਿਹੜੀ ਇੱਕ ਜ਼ਿੰਦਗੀ 'ਚ ਹੀ ਸਿੱਖੀ ਆ ਵੀ ਜਦੋਂ ਬੁਰਾ ਵਕਤ ਆ ਜਾਵੇ ਉਦੋਂ ਵੀ ਤੁਸੀਂ ਆਪਣੀ ਉਸੇ ਪੇਸ 'ਤੇ ਚੱਲੀ ਚੱਲੋ ਤੇ ਉਹ ਵੀ ਨਿਕਲ ਜੂਗਾ ਔਰ ਜਿਹੜਾ ਤੁਹਾਨੂੰ ਬੁਰੇ ਵਕਤ ਦਾ ਖਮਿਆਜ਼ਾ ਉਹ ਵੀ ਤੁਹਾਨੂੰ ਨਾਲ ਮਿਲਣਾ ਇਕੱਠਾ ਹੀ ਹਾਂਜੀ 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 ਜੀ ਜੇਕਰ ਗੱਲ ਕਮਰ ਜੀ ਕਰੀਏ ਤਾਂ ਬੈਕਗ੍ਰਾਉਂਡ ਚੰਗਾ ਤੁਹਾਡਾ ਜਿਹੜੇ ਫਾਦਰ ਸਾਹਿਬ ਨੇ ਉਹ ਪੁਲਿਸ ਦੇ ਵਿੱਚ ਕੰਮ ਕਰਦੇ ਤਾਂ ਤੁਹਾਡੇ ਕੋਲ ਇਹ ਕਹਿ ਲਓ ਕਿ ਜਿੰਨੀ ਕੁ ਬੰਦੇ ਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਚਾਹੀਦੀ ਹੈ ਉਹ ਸੀ ਆਲਰੇਡੀ ਤੁਹਾਡੇ ਕੋਈ ਇੱਦਾਂ ਤੰਗੀ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ ਪਰ ਫਿਰ ਵੀ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿਵੇਂ ਸਾਈਕਲ 'ਤੇ ਸਕੂਲ ਜਾਣਾ ਆਪਦੇ ਆਪ ਨੂੰ ਹਾਰਡ ਵਰਕ ਦੇ ਵਿੱਚ ਪਾਉਣਾ ਉਹ ਚੀਜ਼ਾਂ ਤੁਸੀਂ ਕੀਤੀਆਂ ਤੁਹਾਨੂੰ ਨਹੀਂ ਲੱਗਦਾ ਸੀ ਕਿ ਜਿਸ ਤਰ੍ਹਾਂ ਬਾਕੀ ਕਾਲਜ ਲਾਈਫ ਕੱਟਦੇ ਨੇ ਵੀ ਠੀਕ ਹੈ ਗੱਡੀ ਹੈਗੀ ਆ ਬਾਈਕ ਹੈਗੀ ਹੈ ਚਿੱਲ ਮਾਰਿਆ ਇੱਧਰ ਚਲੇ ਗਏ ਉਹ ਨਹੀਂ ਕਦੇ ਗੱਲ ਦਿਮਾਗ ਦੇ ਵਿੱਚ ਆਈ ਕੁਦਰਤੀ ਸਾਡੇ ਪੇਰੈਂਟਸ ਨੇ ਮੈਨੂੰ ਮੇਰੇ ਪੇਰੈਂਟਸ ਨੇ ਸ਼ੁਰੂ ਤੋਂ ਹੀ ਇਹ ਗੱਲ ਦਾ ਯਕੀਨ ਦਵਾਤਾ ਸੀਗਾ ਵੀ ਦੇਖ
ਉਹੀ ਚੀਜ਼ ਤੈਨੂੰ ਸੁੱਖ ਦਊ ਜਿਹੜੀ ਤੇਰੀ ਹੋਊਗੀ ਜੀ। ਜੇ ਤੂੰ ਸਾਡੇ ਤੋਂ ਲੈ ਕੇ ਕੋਈ ਚੀਜ਼ ਦਾ ਸੁੱਖ ਪਾਲੇਗਾ ਉਹਨੇ ਤੈਨੂੰ ਤੇਰੇ ਨਾਲ ਵਫਾ ਨਹੀਂ ਕਰਨਾ ਕਿਸੇ ਤੋਂ ਵੀ। ਕਿ ਸਾਡੇ ਸੰਸਕਾਰ ਮੇਰੇ ਐਸੇ ਸੀਗੇ ਜੀ, ਮੇਰੇ ਪੇਰੈਂਟਸ ਨੇ ਮੈਨੂੰ ਪਹਿਲਾਂ ਹੀ ਦੱਸਤਾ ਸੀ ਵੀ ਜੇ ਤੂੰ ਕਿਸੇ ਹੋਰ ਦੀ ਚੀਜ਼ 'ਤੇ ਕਿਸੇ ਹੋਰ ਦੁਆਰਾ ਮਿਹਨਤ ਕਰਕੇ ਕਮਾਈ ਗਈ ਚੀਜ਼ 'ਤੇ ਤੂੰ ਐਸ਼ ਕਰਨੀ ਚਾਹੁੰਦਾ ਉਹ ਤੈਨੂੰ ਵਫਾ ਨਹੀਂ ਕਰਨੀ, ਲੰਬਾ ਸਮਾਂ ਨਹੀਂ ਹੋ। ਹਾਂਜੀ ਹਾਂਜੀ, ਉਹ ਕਹਿੰਦੇ ਵੀ ਦੇਖ ਤੈਨੂੰ ਜ਼ਿੰਦਗੀ 'ਚ ਆਪਣੇ ਆਪ ਪੈਰਾਂ 'ਤੇ ਖੜਾ ਹੋਣਾ ਪੈਣਾ। ਅਗਰ ਤੂੰ ਆਪਣੇ ਸ਼ੌਂਕ ਪਗਾਉਣੇ ਆ ਕੁਛ ਕਰਨਾ ਤੂੰ ਤਾਂ ਆਪਣੇ ਉਸ 'ਤੇ ਕਰ। ਹਾਂ, ਜਿੱਥੇ ਤੈਨੂੰ ਲੋੜ ਆ ਅਸੀਂ ਤੇਰੇ ਨਾਲ ਹਮੇਸ਼ਾ ਖੜੇ ਹਾਂ। ਔਰ ਤੇਰੀ ਅੰਦਰ ਕੌਨਫੀਡੈਂਸ ਵੀ ਤਾਂ ਹੀ ਆਊਗਾ ਜੇ ਤੂੰ ਖੁਦ ਮਿਹਨਤ ਕਰਕੇ ਉਸ ਲੈਵਲ 'ਤੇ ਪਹੁੰਚੇਗਾ। ਇਹ ਚੀਜ਼ ਮੇਰੇ ਘਰ ਦੇ ਵਿੱਚ ਦਿਮਾਗ ਦੇ ਵਿੱਚ ਘਰ ਕਰ ਗਈ ਸੀ ਕਿ ਮੈਂ ਆਪਣੇ ਪੈਰਾਂ 'ਤੇ ਖੜਾ ਹੋਣਾ ਜੀ, ਤਾਂ ਕਰਕੇ ਮੈਂ ਆਪਣੇ ਆਪ ਨੂੰ ਹਮੇਸ਼ਾ ਹੀ ਥੋੜ੍ਹੇ ਜਿਹੇ ਹਾਰਡ ਸਰਕਮਸਟਾਂਸਿਸ ਦੇ ਵਿੱਚ ਪਾ ਕੇ ਰੱਖਦਾ ਸੀ। ਜੀ ਕਮਰ ਜੀ, ਜੇ ਗੱਲ ਜੋਬ ਦੀ ਕਰੀਏ ਤਾਂ ਤੁਸੀਂ ਫੂਡ ਇੰਸਪੈਕਟਰ ਵਜੋਂ ਆ ਜਿਹੜਾ ਉਹ ਕੰਮ ਕਰ ਰਹੇ ਹੋ ਪਟਿਆਲੇ ਦੇ ਵਿੱਚ, ਇਹ ਜਿਹੜਾ ਅਹੁਦਾ ਹੈ ਇਹ ਤੁਹਾਨੂੰ ਤੁਸੀਂ ਸਟੱਡੀ ਬੇਸ 'ਤੇ, ਕਿਉਂਕਿ ਜਿੰਨਾ ਕਿ ਮੈਨੂੰ ਪਤਾ ਤੁਸੀਂ ਨੋਨ ਮੈਡੀਕਲ ਸਟਰੀਮ ਨਾਲ ਸੰਬੰਧ ਰੱਖਦੇ ਹੋ, ਤੁਸੀਂ ਵੈਲ ਐਜੂਕੇਟਡ ਵੀ ਹੋ ਸਪੋਰਟਸ ਦੇ ਨਾਲ ਨਾਲ, ਇਹ ਤੁਸੀਂ ਐਗਜ਼ਾਮ ਵਗੈਰਾ ਕਰੈਕ ਕਰਕੇ ਲਏ ਸੀ ਜਾਂ ਤੁਹਾਨੂੰ ਸਪੋਰਟਸ ਕੋਟੇ ਦੇ ਵਿੱਚ ਇਹ ਜਿਹੜੀ ਪੁਜੀਸ਼ਨ ਮਿਲੀ ਹੈ? ਹਾਂਜੀ, ਇਹਦੇ ਵਿੱਚ ਜਿਹੜਾ ਐਗਜ਼ਾਮ ਦੇ ਥਰੂ ਹੀ ਮੈਂ ਐਂਟਰੀ ਕੀਤੀ ਸੀ ਜੀ। ਇਹਦੇ ਵਿੱਚ ਥੋੜ੍ਹਾ ਸਪੋਰਟਸ ਦੇ ਵਿੱਚ ਕੀ ਸੀ, ਜਿਹੜੀਆਂ ਮੈਨੂੰ ਸਪੋਰਟਸ ਦੇ ਵਿੱਚ ਜੋਬਸ ਮਿਲ ਰਹੀਆਂ ਸੀਗੀਆਂ ਉਹ ਸਾਰੀਆਂ ਆਊਟ ਆਫ ਸਟੇਟ ਸੀਗੀਆਂ ਜੀ। ਅਤੇ ਕੁਛ ਮੈਨੂੰ ਪਹਿਲਾਂ PAP ਦੇ ਵਿੱਚ ਕੌਂਸਟੇਬਲ ਭਰਤੀ ਕਰ ਲਿਆ ਸੀ, ਅੱਜ ਉਹ ਸਾਰੇ ਮੁੰਡੇ ਸਬ ਇੰਸਪੈਕਟਰ ਨੇਗੇ ਜਿਹੜੇ ਉਦੋਂ ਬੈਚ ਭਰਤੀ ਹੋਇਆ ਸੀ, ਮੈਂ ਉਦੋਂ ਛੱਡਤੀ ਸੀ ਜੀ। ਅੱਛਾ ਜੀ। ਅਤੇ ਉਹਦੇ ਵਿੱਚ ਕੀ ਸੀ, PAP ਤੁਹਾਨੂੰ ਜਾਣਾ ਪੈਣਾ ਸੀ, ਤਾਂ ਘਰਦਿਆਂ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਕਿ ਤੂੰ ਪੁਲਿਸ ਦੀ ਜੋਬ ਥੋੜ੍ਹੀ ਟਫ ਹੁੰਦੀ ਹੈ ਵੀ ਤੂੰ ਹਜੇ ਹੋਰ ਮਿਹਨਤ ਕਰ। ਮਿਹਨਤ ਕਰੀ ਜਦੋਂ ਪਰ ਕਿਤੇ ਨਹੀਂ ਉਸ ਲੈਵਲ 'ਤੇ ਪਹੁੰਚੇ, ਫਿਰ ਮੈਂ ਥੋੜ੍ਹਾ ਸਟੱਡੀ ਵਾਲੇ ਪਾਸੇ ਵੀ ਮੇਰਾ ਹੈਗਾ ਸੀਗਾ ਸ਼ੁਰੂ ਤੋਂ ਹੀ ਰੁਝਾਨ, ਮੈਨੂੰ ਪਤਾ ਸੀ ਕਿ ਇੱਕ ਬੈਕਅਪ ਆਪਾਂ ਜ਼ਰੂਰ ਲੈ ਕੇ ਚੱਲਣਾ। ਹਾਂਜੀ ਹਾਂਜੀ, ਪੇਰੈਂਟਸ ਕਹਿੰਦੇ ਸੀ, ਕਹਿੰਦੇ ਦੇਖ ਇੱਕ ਪਾਸੇ ਤੂੰ ਤੇਰੇ ਲਈ ਤੈਨੂੰ ਨੌਲੇਜ, ਇਹਨਾਂ ਨੇ ਮੇਰਾ ਸ਼ੁਰੂ ਤੋਂ ਹੀ ਪੜ੍ਹਾਈ 'ਤੇ ਇਹਨਾਂ ਦਾ ਫੋਕਸ ਜ਼ਿਆਦਾ ਸੀਗਾ ਜੀ, ਉਸ ਚੀਜ਼ ਦਾ ਮੈਨੂੰ ਬੈਨੀਫਿਟ ਹੋਇਆ। ਫਿਰ ਮੈਂ ਐਗਜ਼ਾਮ ਦਿੱਤੇ ਜੀ, ਮੈਂ PCS ਵੀ ਦਿੱਤਾ ਸੀ, PCS 'ਚ ਮੈਂ ਇੰਟਰਵਿਊ 'ਚ ਰਿਹਾ ਹੋਇਆ ਜੀ, ਮੈਂ ਪ੍ਰੀਲਿਮਸ ਮੇਨਸ ਕਰ ਗਿਆ ਸੀਗਾ, ਇੰਟਰਵਿਊ ਤੱਕ ਗਏ ਹੋਏ ਹਾਂ ਅਸੀਂ ਉੱਥੇ PCS ਦੇ ਵਿੱਚ। ਹਾਂਜੀ ਜੀ। ਕਮਰ ਜੀ, ਜੇ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਅਕਾਲੀ ਦਲ ਸਰਕਾਰ ਦਾ ਸਮਾਂ ਦੇਖਿਆ, ਫਿਰ ਕਾਂਗਰਸ ਆਈ, ਹੁਣ ਆਮ ਆਦਮੀ ਪਾਰਟੀ ਦੀ ਵਹਿ ਰਹੀ ਹੈ, ਤੁਹਾਨੂੰ ਪੰਜਾਬ ਜਿਹੜੀ ਸਰਕਾਰ ਹੈ ਸਟੇਟ ਦੀ ਸਰਕਾਰ ਆ ਉਹਦੇ ਵੱਲੋਂ ਤੁਹਾਡੇ ਪ੍ਰਤੀ ਜਿਹੜਾ ਰਿਸਪੋਂਸ ਕਿਸ ਤਰ੍ਹਾਂ ਦਾ ਸੀ? ਕਿਉਂਕਿ ਤੁਸੀਂ ਬਹੁਤ ਜ਼ਿਆਦਾ ਮੈਡਲ ਹੈ ਜਿਹੜੇ ਉਹ ਵਿਨ ਕਰ ਚੁੱਕੇ ਹੋ, ਨੈਸ਼ਨਲ ਮੈਡਲ ਵਿਨ ਕੀਤੇ ਆ, ਤੁਸੀਂ ਬਹੁਤ ਸਾਰੇ ਬੋਕਸਰਾਂ ਨੂੰ ਹਰਾਇਆ ਹੈਗਾ, ਸੋ ਕਿਸ ਤਰ੍ਹਾਂ ਦਾ ਰਿਸਪੋਂਸ ਆ? ਹਾਲਾਂਕਿ ਤੁਸੀਂ ਬਾਦਲ ਹੁਣੀ ਪਰਿਵਾਰ ਨੇ ਜਿਹੜੇ ਸੁਖਬੀਰ ਬਾਦਲ ਹੁਣੀ, ਪ੍ਰਕਾਸ਼ ਬਾਦਲ ਨੇ, ਤੁਸੀਂ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਹੋਈ ਹੈ, ਤੁਹਾਡੀਆਂ ਤਸਵੀਰਾਂ ਵੀ ਨੇ, ਕਿਸ ਤਰ੍ਹਾਂ ਦਾ ਰਿਸਪੋਂਸ ਰਿਹਾ ਹੈਗਾ ਵੀ ਜੋਬ ਨੂੰ ਪ੍ਰਤੀ ਜਾਂ ਫਿਰ ਤੁਹਾਡੇ ਪ੍ਰਤੀ? ਰਿਸਪੋਂਸ ਦੇਖੋ ਜੀ, ਜਿਹੜਾ ਇੱਕ ਪਹਿਲਾਂ ਤਾਂ ਚੱਲਿਆ ਆ ਰਿਹਾ ਸੀਗਾ ਕਿ ਇੱਕ ਜਿਹੜਾ ਅੱਛੇ ਪੱਧਰ 'ਤੇ ਕੋਈ ਵੀ ਸਪੋਰਟਸਮੈਨ ਆਉਂਦਾ ਸੀਗਾ, ਡੈਫੀਨੇਟਲੀ ਉਹਨੂੰ ਜਿਹੜੇ ਪੋਲੀਟੀਸ਼ੀਅਨ ਸੀਗੇ ਉਹ ਅਪਰੋਚ ਕਰਦੇ ਸੀਗੇ ਵਧੀਆ, ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਪ ਸਰਕਾਰ ਹੈ, ਸਰਦਾਰ ਭਗਵੰਤ ਸਿੰਘ ਮਾਨ, ਮਾਣਯੋਗ CM ਸਾਹਿਬ ਜੀ, ਇਹਨਾਂ ਦਾ ਇਹ ਗਰਾਊਂਡ ਲੈਵਲ ਤੋਂ ਕੰਮ ਸ਼ੁਰੂ ਹੋ ਗਿਆ ਹੈ ਜੀ, ਜਿਹੜਾ ਮੈਂ ਹੁਣ ਦੇਖਿਆ। ਔਰ ਤੁਸੀਂ ਯਕੀਨ ਮੰਨਿਓ, ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਹੁਣ ਛੋਟੇ ਲੈਵਲ 'ਤੇ ਵੀ ਜਿਹੜੇ ਸਪੋਰਟਸਮੈਨ ਨੇ ਉਹਨਾਂ ਨੂੰ ਰਿਕੋਗਨਾਈਜੇਸ਼ਨ ਮਿਲ ਰਹੀ ਹੈ ਜੀ। ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਜਦੋਂ ਮੇਰਾ ਸੀ ਗੁਜਰਾਤ ਵਾਲੀਆਂ ਨੈਸ਼ਨਲ ਗੇਮਸ ਦੇ ਵਿੱਚ ਲਾਸਟ ਈਅਰ ਮੈਡਲ ਆਇਆ ਤਾਂ 2 ਲੱਖ ਨਾਲ ਸਨਮਾਨਿਤ ਕੀਤਾ ਜੀ ਸਾਨੂੰ ਜੀ। ਉਸ ਤੋਂ ਬਾਅਦ ਇਹਨਾਂ ਦੀ ਟੀਮ ਹੈ ਜੀ, ਮੀਡੀਆ ਸਲਾਹਕਾਰ ਨੇ ਸਰਦਾਰ ਬਲਤੇਜ ਸਿੰਘ ਪੰਨੂ ਜੀ, ਉਹ ਬੜੇ ਗਰਾਊਂਡ ਲੈਵਲ 'ਤੇ ਜਾ ਕੇ ਸਪੋਰਟਸ ਨੂੰ ਬੜਾ ਮੋਟੀਵੇਟ ਕਰ ਰਹੇ ਹੈ, ਬੱਚਿਆਂ ਨੂੰ ਬਹੁਤ ਮੋਟੀਵੇਟ ਕਰ ਰਹੇ ਹੈ। ਫਿਰ ਸਰਦਾਰ ਬਲਬੀਰ ਸਿੰਘ ਨੇ ਜੀ, ਮਾਣਯੋਗ ਮਿਨਿਸਟਰ ਸਾਹਿਬ, ਸਿਹਤ ਮਿਨਿਸਟਰ ਸਾਹਿਬ, ਉਹਨਾਂ ਦਾ ਬੜਾ ਮੈਂ ਦੇਖਦਾ ਰਹਿੰਦਾ ਜੀ ਅਸੀਂ ਤਾਂ, ਕਿਉਂਕਿ ਗਰਾਊਂਡ ਲੈਵਲ 'ਤੇ ਰਹਿੰਦੇ ਹਾਂ, ਅਤੇ ਉਹ ਸਪੋਰਟਸਮੈਨ ਨੂੰ ਬੜਾ, ਜਿੰਨੇ ਆ ਝੇਲੇ ਏਰੀਏ ਦੇ ਸਪੋਰਟਸ ਵਾਲੇ ਬੱਚੇ ਹੈ, ਬੌਕਸਿੰਗ ਵਾਲੇ ਨੇ, ਉਹਨਾਂ ਨੂੰ ਸਪੈਸ਼ਲ ਭੇਜ ਕੇ ਬੰਦੇ ਕਹਿੰਦੇ ਆ ਵੀ ਕਿਸੇ ਨੂੰ ਵੀ ਕੋਈ ਲੋੜ ਹੈ ਜੀ ਤਾਂ ਸਾਨੂੰ ਆ ਕੇ ਦੱਸੋ। ਫਿਰ ਸਾਡੇ ਬਾਈ ਜੀ MLA ਬਾਈ ਗੁਰਲਾਲ ਜੀ ਨੇਗੇ, ਉਹ ਤਾਂ ਖੁਦ ਹੀ ਬਹੁਤ ਵੱਡੇ ਲੈਜੈਂਡ ਨੇਗੇ, ਕਬੱਡੀ ਲੈਜੈਂਡ ਨੇਗੇ, ਉਹਨਾਂ ਵੱਲੋਂ ਸਾਨੂੰ ਬਹੁਤ ਸਮਰਥਨ ਹੈ। ਫਿਰ ਇਹਨਾਂ ਦੀ ਟੀਮ ਬਣੀ ਹੋਈ ਹੈ ਜੀ ਪੂਰੀ, ਇਹਨਾਂ ਦੇ ਵਿੱਚ ਆਪਣੇ ਜਸਵਿੰਦਰ ਸਿੰਘ ਆਕੜ ਤੋਂ ਨੇ, ਆਕੜੀ ਪਿੰਡ ਤੋਂ, ਉਹ ਵੀ ਮਤਲਬ ਬਹੁਤ ਅੱਛਾ ਇਹ ਜਿਹੜਾ ਇਨੀਸ਼ੀਏਟਿਵ। ਹਾਂਜੀ ਹਾਂਜੀ, ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਖਾਸ ਕਰ ਸਪੋਰਟਸ ਨੂੰ ਲੈ ਕੇ, ਅਤੇ ਇਸ ਨਾਲ ਕੀ ਹੋਣਾ ਦੇਖੋ ਤੁਸੀਂ, ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਇਸਦਾ ਰਿਜ਼ਲਟ ਦੇਖਣਾ ਕਿ ਆਪਣਾ ਜਿਹੜਾ ਯੂਥ ਆ ਉਹਨੂੰ ਇੱਕ ਡਾਇਰੈਕਸ਼ਨ ਮਿਲ ਜਾਣੀ ਹੈ, ਅਤੇ ਔਰ ਉਹ ਸ਼ੁਰੂ ਵੀ ਹੋ ਗਿਆ ਕੰਮ, ਪਰ ਇਹਨੂੰ ਥੋੜ੍ਹਾ ਟਾਈਮ ਲੱਗਣਾ। ਜਿਹੜਾ ਇਹ ਬਾਹਰ ਜਾਣ ਦਾ ਰੁਝਾਨ ਬੱਚਿਆਂ ਦੇ ਵਿੱਚ ਸੀਗਾ ਉਹ ਹੁਣ ਚੇਂਜ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਨੂੰ ਸਕਾਲਰਸ਼ਿਪਸ ਮਿਲ ਰਹੀਆਂ ਨੇ,
ਉਹਨਾਂ ਨੂੰ ਹੋਰ ਮੈਡਲ ਮਿਲ ਰਹੇ ਨੇ ਗੇ ਕੰਪੀਟੀਸ਼ਨ ਮਿਲ ਰਹੇ ਨੇ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਸਪੋਰਟਸ ਖੇਡ ਮੇਲੇ ਦੀਆਂ ਖੇਡ ਮੇਲਾ ਹੋਇਆ ਸੀਗਾ ਉਹਦੇ ਵਿੱਚ ਬੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜੀ ਤੇ ਉਹਦੇ ਨਾਲ ਸਟਰੈਂਥ ਹੈ ਜਿਹੜੀ ਬਾਕਸਿੰਗ ਸੈਂਟਰਸ ਦੀ ਲਾ ਲਓ ਸਪੋਰਟਸ ਸੈਂਟਰਸ ਦੀ ਲਾ ਲਓ ਸਟਰੈਂਥ ਵੱਧ ਗਈ ਹੈ ਪਹਿਲਾਂ ਨਾਲੋਂ ਜੀ ਜੇਕਰ ਖੇਡ ਪਾਲਿਸੀ ਦੀ ਗੱਲ ਕਰੀਏ ਰੀਸੈਂਟਲੀ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਖੇਡ ਪਾਲਿਸੀ ਪੰਜਾਬ ਦੇ ਲਈ ਚੇਂਜ ਕੀਤੀ ਗਈ ਹੈ ਬਣਾਈ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਬਤੌਰ ਕੋਚ ਹੈ ਜਿਹੜੇ ਉਹ ਭਰਤੀ ਕਰਾਂਗੇ ਹਾਲਾਂਕਿ ਅਸੀਂ ਕੁਝ ਪਲੇਅਰ ਨਾਲ ਗੱਲ ਕੀਤੀ ਹੈ ਕੁਝ ਪਲੇਅਰ ਨਾ ਖੁਸ਼ ਵੀ ਨੇ ਉਹ ਕਹਿੰਦੇ ਜਿਹੜੇ 15 ਸਾਲ ਤੋਂ ਖੇਡ ਰਹੇ ਨੇ ਉਹਨਾਂ ਨੂੰ ਵੀ ਕੋਚ ਭਰਤੀ ਕੀਤਾ ਜਾ ਰਿਹਾ ਜਿਹੜੇ 5 ਸਾਲ ਤੋਂ ਖੇਡ ਰਹੇ ਨੇ ਉਹਨਾਂ ਨੂੰ ਵੀ ਕੋਚ ਭਰਤੀ ਕਰ ਰਿਹਾ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਦਾ ਹੈ ਵੀ ਜਿਹੜੇ ਬੰਦਾ ਜ਼ਿਆਦਾ ਟਾਈਮ ਖੇਡ ਰਿਹਾ ਉਹਦੇ ਲਈ ਡੈਜ਼ਿਗਨੇਸ਼ਨਸ ਹਾਈ ਹੋਣੀਆਂ ਚਾਹੀਦੀਆਂ ਜਾਂ ਫਿਰ ਬਤੌਰ ਕੋਚ ਕਿਉਂਕਿ ਉਹ 15-20 ਸਾਲ ਪਹਿਲਾਂ ਗਰਾਊਂਡ 'ਚ ਕੱਢ ਚੁੱਕੇ ਨੇ ਤੁਹਾਨੂੰ ਲੱਗਦਾ ਕਿ ਇਹ ਵਾਜਿਬ ਆ ਵੀ ਆਉਣ ਵਾਲੀ ਜ਼ਿੰਦਗੀ ਉਹ ਗਰਾਊਂਡ ਦੇ ਵਿੱਚ ਹੀ ਕੱਢਣ ਹਰ ਇੱਕ ਚੀਜ਼ ਹਰ ਇੱਕ ਮੈਂ ਇਸ ਪਾਲਿਸੀ ਨਾਲ ਵੈਸੇ ਤਾਂ ਇਹ ਪਾਲਿਸੀ ਚਲੋ ਹਜੇ ਸ਼ੁਰੂਆਤੀ ਦੌਰ 'ਤੇ ਹਜੇ 'ਚ ਬਹੁਤ ਕੁਛ ਸੁਧਾਰ ਵੀ ਹੋਣਗੇ ਜੀ ਹਜੇ ਚਲੋ ਇਹ ਹੈ ਕਿ ਆਉਂਦੇ ਸਾਰ ਹੀ ਸਰਕਾਰ ਨੇ ਕੋਈ ਨਾ ਕੋਈ ਇਨੀਸ਼ੀਏਟਿਵ ਲਿਆ ਕੋਈ ਪਾਲਿਸੀ ਆਈ ਬਹੁਤ ਛੇਤੀ ਆ ਗਈ ਬਹੁਤ ਅੱਛੀ ਗੱਲ ਹੈ ਇਹ 'ਚ ਸੁਧਾਰ ਹਰ ਇੱਕ ਚੀਜ਼ ਮੈਚਿਓਰ ਹੁੰਦੀ ਹੈ ਟਾਈਮ ਜੀ ਬਿਲਕੁਲ ਅਤੇ 'ਚ ਵੀ ਸੁਧਾਰ ਆਉਣਗੇ ਜਿਵੇਂ ਜਿਵੇਂ ਸਪੋਰਟਸ ਪਰਸਨ ਚਾਹੁਣਗੇ ਜਾਂ ਉਹਨਾਂ ਨੂੰ ਟੀਮਸ ਜਾ ਰਹੀਆਂ ਨੇ ਸਰਕਾਰ ਦੀਆਂ ਉਹ ਕਰ ਰਹੀਆਂ ਨੇਗੀਆਂ ਉਹਨਾਂ ਨਾਲ ਵਾਕਫੀਤ ਕਰਕੇ ਜਿਵੇਂ ਵੀ ਉਹਨਾਂ ਨੂੰ ਲੱਗੂਗਾ ਪਰ ਜਿਹੜੀ ਇੱਕ ਮੈਂ ਇਹਦੇ ਨਾਲ ਜਿਹੜੇ ਅਨਇੰਪਲੋਇਡ ਯੂਥ ਆ ਉਹਦੇ ਲਈ ਤਾਂ ਬਹੁਤ ਬੈਨੀਫਿਟ ਹੈ ਜੀ ਦੇਖੋ ਜੀ 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 ਉਹਨਾਂ ਨੂੰ ਹੁਣ ਆਪਣੀਆਂ ਕਹਿ ਦਈਏ ਵੀ ਸਕਾਲਰਸ਼ਿਪਸ ਮਿਲਣਗੀਆਂ ਉਹਨਾਂ ਦਾ ਜਿਹੜਾ ਹਰ ਇੱਕ ਚੀਜ਼ ਦਾ ਦੱਸਦਾ ਹੈ ਵੀ ਜੇ ਏਸ਼ੀਆ ਤੁਸੀਂ ਖੇਡਣਾ ਤਾਂ ਸਿਲੈਕਸ਼ਨ ਹੁੰਦੀ ਹੈ ਤੁਹਾਨੂੰ 5 ਲੱਖ ਰੁਪਇਆ ਸਭ ਕੁਛ ਬਹੁਤ ਅੱਛੀ ਗੱਲ ਹੈ ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ ਪਰ ਮੈਂ ਇੱਕ ਆਪਣਾ ਵੀ ਪੁਆਇੰਟ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਰੱਖਣਾ ਚਾਹੂੰਗਾ ਜੀ ਕਿ ਜਿਹੜੇ ਬੰਦੇ ਪਹਿਲਾਂ ਤੋਂ ਹੀ ਕਈ ਆਪਣੀਆਂ ਇੰਪਲੋਇਡ ਨੇਗੇ ਵੱਖ ਵੱਖ ਵਿਭਾਗਾਂ ਦੇ ਵਿੱਚ ਕੰਮ ਕਰ ਰਹੇ ਨੇ ਔਰ ਨਾਲ ਹੀ ਉਹ ਆਪਣੇ ਖੇਡ ਵੀ ਰਹੇ ਨੇਗੇ ਇਸ ਉਹਨਾਂ ਦੇ ਵਿੱਚ ਜਿਹੜੀ ਇੱਕ ਸਪੋਰਟਸ ਪਾਲਿਸੀ ਹੈਗੀ ਆ ਉਹ ਸਿਰਫ ਪੰਜਾਬ ਪੁਲਿਸ ਦੇ ਵਿੱਚ ਹੈ ਜੀ ਜੀ ਕਿ ਜੇ ਆਦਮੀ ਪੰਜਾਬ ਪੁਲਿਸ ਦੇ ਵਿੱਚ ਹੈ ਰੇਲਵੇਜ਼ ਦੇ ਵਿੱਚ ਹੈ ਆਰਮੀ ਦੇ ਵਿੱਚ ਹੈ ਕਿ ਜੇ ਤੁਸੀਂ ਨੈਸ਼ਨਲ ਪੱਧਰ ਦਾ ਕੋਈ ਮੈਡਲ ਲੈ ਕੇ ਆਉਂਦੇ ਹੋ ਤਾਂ ਤੁਹਾਨੂੰ 365 ਦਿਨਾਂ ਲਈ ਫ੍ਰੀ ਕਰ ਦਿੱਤਾ ਜਾਂਦਾ ਬਿਲਕੁਲ ਉਹ ਆਪਣੇ ਹੋਰ ਕਿਸੇ ਵਿਭਾਗ ਦੇ ਵਿੱਚ ਨਹੀਂ ਹੈਗੀ ਅਤੇ ਉਹ ਜੇਕਰ ਦੂਸਰੇ ਵਿਭਾਗਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਪਾਲਿਸੀ ਲਾਗੂ ਹੋ ਜੇ ਤਾਂ ਜਿਹੜੇ ਪੁਰਾਣੇ ਬਹੁਤ ਇੰਟਰਨੈਸ਼ਨਲ ਮੈਂ ਜਾਣਦਾ ਜਿਹਨਾਂ ਨੂੰ ਇੰਟਰਨੈਸ਼ਨਲ ਓਲੰਪੀਅਨ ਪਾਰਟਿਸਪੇਟਸ ਬੈਠੇ ਆ ਵਿਭਾਗਾਂ ਦੇ ਵਿੱਚ ਉਹ ਜਿਹੜੇ ਗੇਮ ਕਰਨਾ ਚਾਹੁੰਦੇ ਆ ਉਹ ਕੰਟੀਨਿਊ ਕਰਨਗੇ ਔਰ ਤੁਸੀਂ ਯਕੀਨ ਮੰਨਿਓ ਜਦੋਂ ਇੱਕ ਸੀਨੀਅਰ ਪਲੇਅਰ ਕਿਸੇ ਵੀ ਗਰਾਊਂਡ ਦੇ ਵਿੱਚ ਜਾ ਕੇ ਗੇਮ ਕਰਦਾ ਉਹਦੇ ਨਾਲ ਜਿਹੜਾ ਉੱਥੇ ਦੇ ਬੱਚੇ ਆ ਸਪੋਰਟਸ ਕਰ ਰਹੇ ਉਹਨਾਂ ਦਾ ਜਿਹੜਾ ਐਨਰਜੀ ਆ ਉਹ ਡਿਫਰੈਂਟ ਲੈਵਲ 'ਤੇ ਹੋ ਜਾਂਦੀ ਹੈ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਤੁਸੀਂ ਦੇਖਿਆ ਤਾਂ ਤੁਸੀਂ ਜਿਹੜੀ ਜੋਬ ਲਈ ਹੋ ਐਗਜ਼ਾਮ ਕਰੈਕ ਕਰਕੇ ਲਈ ਹੈ ਪੰਜਾਬ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਜੋਬ ਤੁਹਾਨੂੰ ਪ੍ਰੋਵਾਈਡ ਨਹੀਂ ਕਰਾਏਗੀ ਚਲੋ ਤੁਹਾਡੇ ਆਪਸੀ ਕੋਈ ਗੱਲਬਾਤ ਹੋਈ ਹੋਊਗੀ ਨਾ ਉਹ ਗੱਲ ਵੱਖਰੀ ਹੈ ਪਰ ਮਿਲੀ ਨਹੀਂ ਹੈ ਤੁਹਾਨੂੰ ਰੋਸ ਨਹੀਂ ਲੱਗਦਾ ਕਈ ਵਾਰੀ ਵੀ ਇੰਨੇ ਐਫਰਟਸ ਮਾਰ ਕੇ ਇੱਕ ਜੋਬ ਲਈ ਵੀ ਦੁਬਾਰਾ ਐਫਰਟਸ ਮਾਰਨੇ ਪਏ ਆਪਣੇ ਆਪ ਨੂੰ ਅਲੱਗ ਤੋਂ ਇਹ ਸਿਸਟਮ ਹੈ ਜੀ ਦੇਖੋ ਹੁਣ ਤੱਕ ਤਾਂ ਇਹ ਚੀਜ਼ਾਂ ਨਾਲ ਅਸੀਂ ਮਤਲਬ ਕੰਪਰੋਮਾਈਜ਼ ਇੱਕ ਤਰ੍ਹਾਂ ਦਾ ਕਹਿ ਲਈਏ ਵੀ ਕਰ ਲਿਆ ਸੀ ਹੋਰ ਵੀ ਆਪਣਾ ਦੇਖੋ ਹਰ ਇੱਕ ਚੀਜ਼ ਇਹ ਹੈ ਆਪਣਾ ਜਿਹੜਾ ਨੇਸ਼ਨ ਹੈ ਉਹ ਅਜੇ ਡਿਵੈਲਪਿੰਗ ਨੇਸ਼ਨ ਹੈ ਜੀ ਅਤੇ ਇਸ ਦੇ ਵਿੱਚ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਪਰ ਹਰ ਇੱਕ ਚੀਜ਼ ਫੋਰ ਗ੍ਰਾਂਟਿਡ ਨਹੀਂ ਆਪਾਂ ਲੈ ਸਕਦੇ ਹੈਗੇ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਹੁਣ ਇਸ ਚੀਜ਼ਾਂ 'ਤੇ ਰੁਝਾਨ ਹੈ ਜਿਹੜਾ ਸਰਕਾਰਾਂ ਦਾ ਉਹ ਜਾਣ ਲੱਗ ਗਿਆ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਜਦੋਂ ਸੀ ਤੁਸੀਂ ਸੀ ਉਦੋਂ ਤੋਂ ਨਹੀਂ ਸੀਗਾ ਉਦੋਂ ਕਾਫੀ ਬੈਕਵਰਡ ਤੇ ਸੀਗਾ ਉਦੋਂ ਸੀਗਾ ਜੀ ਤੇ ਪਰ ਇੰਨਾ ਨਹੀਂ ਸੀ ਹੈਗਾ ਉਦੋਂ ਸੀਗਾ ਉਦੋਂ ਜਿਹੜੇ ਸਪੋਰਟਸਮੈਨ ਸੀ ਉਹਨਾਂ ਦੀ ਵੀ ਇਹੀ ਸੋਚ ਹੁੰਦੀ ਸੀ ਕਿ ਅਸੀਂ ਕਾਂਸਟੇਬਲ ਭਰਤੀ ਹੋਣਾ ਜੋਬ ਲੈਣੀ ਹੈ ਪਰ ਕਿਸੇ ਵੀ ਸਪੋਰਟਸਮੈਨ ਦੀ ਇਹ ਸੋਚ ਨਹੀਂ ਸੀ ਹੁੰਦੀ ਵੀ ਹਾਂ ਜਿਹੜੇ ਵੀ ਅਸੀਂ ਵੱਖ 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 ਸਪੋਰਟਸ ਦੇ ਵਿੱਚ ਵੀ ਜਾਈਏ ਬਸ ਜਿੱਥੇ ਲਿਮਿਟਿਡ ਸੀਗਾ ਸਾਰਾ ਕੁਝ ਜੀ ਜੀ ਕੁਮਰ ਜੀ ਜੇ ਗੱਲ ਕਰੀਏ ਬੀਇੰਗ ਅ ਬਾਕਸਰ ਇੱਕ ਬਾਕਸ ਕਿਉਂਕਿ ਇੱਕ ਇੰਡੀਵਿਜੂਅਲ ਗੇਮ ਹੈ ਟੀਮ ਦੇ ਨਾਲ ਤਾਂ ਤੁਸੀਂ ਹੈ ਨਹੀਂ ਜਾਂ ਜਿਹੜੀਆਂ ਟੀਮਸ ਗੇਮ ਨੇ ਉਹ ਵੱਖਰੀਆਂ ਰਹਿ ਗਈਆਂ ਜਦੋਂ ਤੁਸੀਂ ਬੀਇੰਗ ਅ ਬਾਕਸਰ ਵਿਚਰਦੇ ਹੋ ਕਿਹੜੀਆਂ ਕੰਪਲੀਕੇਸ਼ਨਸ ਨੇ ਜਿਹੜੀਆਂ ਸਭ ਤੋਂ ਵੱਧ ਜੋ ਤੁਸੀਂ ਸਟਾਰਟ ਤੋਂ ਐਂਡ ਤੱਕ ਜਾਂਦੇ ਹੋ ਉਹ ਆਉਂਦੀਆਂ ਨੇਗੀਆਂ ਇੱਕ ਸੈਪਰੇਟ ਖਿਡਾਰੀ ਦੇ ਤੌਰ 'ਤੇ ਬਾਕਸਿੰਗ ਇੱਕ ਐਸੀ ਗੇਮ ਹੈ ਜੀ ਬਾਕਸਿੰਗ ਦੇ ਵਿੱਚ ਸਕੋਪ ਬਹੁਤ ਜ਼ਿਆਦਾ ਹੈ ਪਰ ਇਹਦੀਆਂ ਕੁਛ ਰਿਕੁਆਇਰਮੈਂਟਸ ਨਹੀਂ ਆ ਜੇ ਤੁਹਾਡੇ 'ਚ ਉਹ ਰਿਕੁਆਇਰਮੈਂਟਸ ਤੁਸੀਂ ਉਹਨਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਬਹੁਤ ਛੇਤੀ ਗਰੋ ਕਰ ਸਕਦੇ ਹੋ ਜਿਹੜੇ ਬੱਚੇ ਬਾਕਸਿੰਗ ਕਰਨਾ ਚਾਹੁੰਦੇ ਹੈ ਤਾਂ ਇੱਕ ਤਾਂ ਆਪਣੇ ਪਟਿਆਲਾ ਤਾਂ ਖਾਸ ਕਰਕੇ ਬਾਕਸਿੰਗ ਦਾ ਹੱਬ ਹੈ ਸ਼ੁਰੂ ਤੋਂ ਹੀ ਪਹਿਲੇ ਨੰਬਰ 'ਤੇ ਭਿਵਾਨੀ ਸੀਗਾ ਇੰਡੀਆ ਦੇ ਵਿੱਚ ਦੂਸਰੇ ਨੰਬਰ 'ਤੇ ਆਪਣਾ ਪਟਿਆਲਾ ਸੀਗਾ ਹਾਂਜੀ ਪਟਿਆਲਾ ਸੰਗਰੂਰ ਆਪਣੇ ਇਸ ਮਾਲਵੇ ਏਰੀਏ ਦੀ ਵੀ ਬਹੁਤ ਬਾਕਸਿੰਗ ਦਾ ਹਾਈ ਲੈਵਲ ਹੁਣ ਤਾਂ ਸਾਰੇ ਕਿਤੇ ਇਹ ਬੜੀ ਜਾਗਰੂਕਤਾ ਆ ਗਈ ਹੈ ਪਰ ਮੈਂ ਪਿਛਲੇ 10 ਸਾਲਾਂ ਦੀ ਗੱਲ ਕਰ ਰਿਹਾ ਇੱਥੇ ਬਹੁਤ ਅੱਛੇ ਅੱਛੇ ਜਿਵੇਂ ਸਾਡੇ ਹੁਣ ਪ੍ਰੈਜ਼ੀਡੈਂਟ ਨੇਗੇ ਜੀ ਆਪਣੇ ਬਾਕਸਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਸਰਦਾਰ ਗੁਰਮੀਤ ਸਿੰਘ SP ਹੈੱਡਕੁਆਰਟਰ ਬਠਿੰਡਾ ਲੱਗੇ ਹੋਏ ਹੈ ਸਾਡੇ SSP ਸਾਹਿਬ ਸਰਦਾਰ
ਆਪਣੇ ਹਰਪਾਲ ਸਿੰਘ ਜੀ ਜੀ ਉਹ ਵੀ ਬਹੁਤ ਅੱਛੇ ਬਾਕਸਰ ਰਹੇ ਆ ਇਸ ਅੱਛੀਆਂ ਪੋਸਟ ਤੇ ਪਹੁੰਚੇ ਆ ਉਹ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਮੋਟੀਵੇਸ਼ਨ ਮਿਲੀ ਜੀ ਤਾਂ ਅਸੀਂ ਇੱਧਰ ਆਏ ਸੀਗੇ ਤੇ ਹੋਰ ਵੀ ਐਸੇ ਬਹੁਤ ਪਲੇਅਰ ਨੇਗੇ ਜਿਨ੍ਹਾਂ ਨੇ ਔਰ ਕੋਚ ਸਾਹਿਬਾਨ ਵੀ ਬਹੁਤ ਅੱਛੇ ਆ ਜੀ ਮੈਂ ਸਾਡੇ ਮੇਰੇ ਜਿਹੜੇ ਇਨੀਸ਼ੀਅਲ ਕੋਚ ਸੀਗੇ ਸਰਦਾਰ ਹਰਪ੍ਰੀਤ ਸਿੰਘ ਸੀਗੇ ਫਿਰ ਮੇਰੇ ਕੋਚ ਸਰਦਾਰ ਸੰਤੋਸ਼ ਸ਼੍ਰੀ ਸੰਤੋਸ਼ ਦੱਤਾ ਜੀ ਨੇ ਸ਼੍ਰੀ ਸੰਤੋਸ਼ ਦੱਤਾ ਜੀ ਦਾ ਉਹ ਹੁਣ ਆਪਣੇ ਜਨਰਲ ਸੈਕਟਰੀ ਵੀ ਨੇ ਬੋਕਸਿੰਗ ਦੇ ਯਾਨੀ ਕਿ ਬੋਕਸਿੰਗ ਇੱਕ ਐਸੀ ਗੇਮ ਹੈ ਜਿੱਥੇ ਤੁਹਾਨੂੰ ਬਹੁਤ ਛੇਤੀ ਤੁਸੀਂ ਗਰੋ ਕਰ ਸਕਦੇ ਹੋ ਟੈਕਨੀਕਸ ਦੇ ਨਾਲ ਹਾਂਜੀ 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 ਕਿਉਂਕਿ ਆਪਣੇ ਇੱਥੇ ਕੋਚਿਸ ਨੇਗੇ ਸੀਨੀਅਰ ਪਲੇਅਰਸ ਨੇਗੇ ਔਰ ਇੰਡੀਆ ਕੈਂਪ ਵੀ ਆਪਣਾ ਪਟਿਆਲੇ ਹੀ ਲੱਗਦਾ ਜੀ 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 ਤੇ ਜਿਸ ਦਾ ਆਪਣੀ ਆਪਣੀ ਸਟੇਟ ਦੇ ਬੋਕਸਰਸ ਨੂੰ ਬਹੁਤ ਬੈਨੀਫਿਟ ਹੁੰਦਾ ਤੇ ਬਹੁਤ ਨੈਕਸਟ ਲੈਵਲ ਉਹਨਾਂ ਨੂੰ ਟ੍ਰੇਨਿੰਗ ਇਸ ਚੀਜ਼ ਦੀ ਮਿਲਦੀ ਹੈ ਬੋਕਸਿੰਗ ਦੀ ਤਾਂ ਕਰਕੇ ਬੋਕਸਿੰਗ ਦਾ ਸਕੋਪ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਹੈ ਕਾਫੀ ਵੱਧ ਚੁੱਕਿਆ ਹਾਂਜੀ ਪਰ ਦੇਖਿਆ ਜਾਵੇ ਤਾਂ ਹਰਿਆਣੇ ਦੇ ਕੰਪੈਰੀਜ਼ਨ ਅਸੀਂ ਹਜੇ ਥੋੜਾ ਪਿੱਛੇ ਚੱਲ ਰਹੇ ਹਾਂ ਸਾਡੇ ਕੋਲੇ ਨਾ ਤਾਂ ਉਹਨੇ ਪਲੇਅਰ ਨੇਗੇ ਤੁਸੀਂ ਦੇਖਿਆ ਕਿਉਂਕਿ ਹਰਿਆਣੇ ਦਾ ਨਾਮ ਸਪੋਰਟਸ 'ਚ ਹਮੇਸ਼ਾ ਛਾਇਆ ਰਹਿੰਦਾ ਜਿੱਧਰ ਮਰਜ਼ੀ ਦੇਖ ਲਓ ਪਰ ਅਸੀਂ ਉੱਥੋਂ ਤੱਕ ਰੀਚ ਕਿਉਂ ਨਹੀਂ ਪਾ ਰਹੇ ਚਾਹੇ ਕੋਈ ਵੀ ਗੇਮ ਹੈ ਰੀਚ ਕਿਉਂ ਨਹੀਂ ਕਰ ਪਾ ਰਹੇ ਇਹ ਬਹੁਤ ਬਹੁਤ ਇਹ ਬਹੁਤ ਵਾਰੀ ਮੈਨੂੰ ਇਹ ਕੁਐਸਚਨ ਸੁਣਨ ਨੂੰ ਮਿਲਿਆ ਜੀ ਕਿ ਹਰਿਆਣੇ ਉੱਥੇ ਉਹਦਾ ਮੇਨ ਜਿਹੜਾ ਕਾਰਨ ਹੈ ਜੀ ਉੱਥੇ ਉਹਨਾਂ ਦੇ ਜਿਹੜੇ ਸਪੋਰਟਸਮੈਨ ਨੇ ਉਹਨਾਂ ਦੀ ਭੁੱਖ ਹੈ ਉਹਨਾਂ ਦੀ ਭੁੱਖ ਕਾਮਯਾਬੀ ਨੂੰ ਲੈ ਕੇ ਆਪਣੇ ਥੋੜ੍ਹੇ ਜਿਹੇ ਆਪਣੀਆਂ ਦੇਖੋ ਫੈਡਰੇਸ਼ਨਾਂ ਬਹੁਤ ਅੱਛਾ ਕੰਮ ਕਰ ਰਹੀਆਂ ਨੇ ਸਾਡੀ ਫੈਡਰੇਸ਼ਨ ਹੈ ਸਰਦਾਰ ਆਪਣੇ ਗੁਰਮੀਤ ਸਿੰਘ ਸਾਹਿਬ ਜਨਰਲ ਸੈਕਟਰੀ ਸੰਤੋਸ਼ ਦੱਤਾ ਜੀ ਬੜਾ ਅੱਛਾ ਬੱਚਿਆਂ ਨੂੰ ਪ੍ਰੋਵਾਈਡ ਕਰਾ ਰਹੇ ਨੇ ਹਰ ਇੱਕ ਚੀਜ਼ ਕੰਪੀਟੀਸ਼ਨ ਵੀ ਆਪਣੇ ਮਾਧਿਅਮ ਨਾਲ ਉਹਨਾਂ ਨੇ ਵੱਧ ਤੋਂ ਵੱਧ ਕੰਪੀਟ ਕਰਾਉਂਦੇ ਆ ਜੀ ਫੈਡਰੇਸ਼ਨਾਂ 'ਚ ਇਸ ਟਾਈਮ ਕੋਈ ਕਮੀ ਨਹੀਂ ਪਰ ਜਿਹੜੀ ਗੱਲ ਹੈ ਕਿ ਆਪਣੇ ਬੱਚਿਆਂ ਦੇ ਵਿੱਚ ਭੁੱਖ ਕਾਮਯਾਬੀ ਦੀ ਘੱਟ ਹੈ ਹਰਿਆਣੇ ਵਾਲੇ ਬੱਚਿਆਂ ਦੇ ਵਿੱਚ ਕਾਮਯਾਬੀ ਦੀ ਬਹੁਤ ਭੁੱਖ ਹੈ ਉਹ ਜਿੰਨਾ ਚਿਕਰ ਕਿਸੇ ਵੀ ਇੱਕ ਕੌੜਾ ਸੱਚ ਹੈ ਜਿਹੜਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਕਹਿਣ ਲੱਗਿਆ ਜੀ ਇਹ ਆਪਣੇ ਜਿਹੜੇ ਪੰਜਾਬ ਦੇ ਬੱਚੇ ਹੈ ਨਾ ਉਹ ਬਹੁਤ ਛੇਤੀ ਸੈਟਿਸਫਾਈ ਹੋ ਜਾਂਦੇ ਆ ਅੱਛਾ ਜੀ ਹਾਂਜੀ ਹਾਂਜੀ ਤੇ ਜਿਹੜੇ ਨਹੀਂ ਹੁੰਦੇ ਤਾਂ ਉਹਨਾਂ ਨੇ ਹੁਣ ਦੇਖੋ ਟੂਰ ਹੈ ਮੁੰਡਾ ਜੀ ਆਪਣੇ ਸ਼ਾਟਪੁੱਟ ਦਾ ਇਤਿਹਾਸ ਰਚੇ ਨੇ ਐਸਪੀ ਮਨਜੀਤ ਕੌਰ ਨੇਗੇ ਬੜੇ ਅੱਛੇ ਅੱਛੇ ਆਪਣੇ ਸਰਦਾਰ ਬਹਾਦਰ ਸਿੰਘ ਨੇ ਗੋਲੇ ਵਾਲੇ ਜਿਹਨਾਂ ਬਹੁਤ ਅੱਛੇ ਅੱਛੇ ਪਲੇਅਰ ਨੇ ਜਿਹਨਾਂ ਆਪਣਾ ਵੀ ਉਹਨਾਂ ਹਰਿਆਣੇ ਵਾਲਿਆਂ ਤੋਂ ਵੀ ਉੱਪਰ ਆਪਣੇ ਹੈਗੇ ਨੇਗੇ ਐਸੀ ਗੱਲ ਨਹੀਂ ਕਿ ਆਪਣੇ ਬੱਚੇ ਨਹੀਂ ਹੈਗੇ ਪਰ ਆਪਣੇ ਆਪਾਂ ਜਿੰਨਾ ਕਰ ਸਕਦੇ ਹਾਂ ਜਿੰਨੇ ਆਪਣੇ ਕੋਲ ਸਾਧਨ ਨੇ ਉਸ ਲੈਵਲ ਤੇ ਆਪਾਂ ਨਹੀਂ ਕਰ ਪਾ ਰਹੇ ਉਹਦੇ ਵਿੱਚ ਮੈਂ ਇਹੀ ਕਹੂੰਗਾ ਕਿ ਆਪਣੇ ਬੱਚਿਆਂ 'ਚ ਥੋੜ੍ਹੀ ਭੁੱਖ ਘੱਟ ਹੈ ਤੇ ਹੌਲੀ ਹੌਲੀ ਜਿਵੇਂ ਸਰਕਾਰ ਇਨੀਸ਼ੀਏਟਿਵ ਲੈ ਰਹੀ ਹੈ ਜੀ ਤਾਂ ਮੈਨੂੰ ਲੱਗਦਾ ਕਿ ਇਹਦੇ ਨਾਲ ਬੱਚਿਆਂ ਨੂੰ ਬਹੁਤ ਮੋਟੀਵੇਸ਼ਨ ਮਿਲੂਗੀ ਤੇ ਤੁਹਾਨੂੰ ਸ਼ਾਇਦ ਥੋੜੇ ਸਮੇਂ ਤੱਕ ਆਪਾਂ ਰਿਜ਼ਲਟ ਵੀ ਦੇਖੀਏ ਜੀ ਕੁੰਵਰ ਜੀ ਬਾਹਰ ਦਾ ਸਕੋਪ ਬਹੁਤ ਵੱਧ ਗਿਆ ਪਤਾ ਨਹੀਂ ਪਿਛਲੇ ਜੇ ਤੁਸੀਂ 5 ਸਾਲਾਂ ਦੀ ਦੌੜ ਦੇਖੋ ਨਾ ਜੇ ਤੁਸੀਂ ਅੱਜ ਦਿੱਲੀ ਏਅਰਪੋਰਟ 'ਤੇ ਜਾ ਕੇ ਖੜ੍ਹਦੇ ਹੋ ਨਾ ਤੁਹਾਨੂੰ ਐਂ ਲੱਗਦਾ ਵੀ ਸ਼ਾਇਦ ਸਾਰਾ ਪੰਜਾਬ ਹੀ ਉੱਡ ਚੱਲਿਆ ਹੈਗਾ ਹਾਲਾਂਕਿ ਮਾਨ ਸਰਕਾਰ ਕਹਿ ਰਹੀ ਅਸੀਂ ਐਫਰਟਸ ਕਰ ਰਹੇ ਹਾਂਗੇ ਉਹਨਾਂ ਨੂੰ ਕਹੀਏ ਵੀ ਇੱਥੇ ਸੈਟਲ ਡਾਊਨ ਹੋਣ ਪਰ ਜਿੰਨਾਂ ਕੋਲ ਦੇਖੋ ਜਿੰਨਾਂ ਕੋਲ ਤਾਂ ਓਪਰਚੁਨਿਟੀ ਨਹੀਂ ਹੈ ਜਿੰਨਾਂ ਕੋਲ ਤਾਂ ਚਲੋ ਇੱਥੇ ਕੁਛ ਨਹੀਂ ਹੈ ਕੁਛ ਨਾ ਕੁਛ ਉਹ ਚਾਹੁੰਦੇ ਨਹੀਂ ਵੀ ਅਸੀਂ ਛੇਤੀ ਸੈਟਲ ਡਾਊਨ ਹੋਈਏ ਜਿਨ੍ਹਾਂ ਕੋਲ ਸਭ ਕੁਝ ਹੈ ਜਿਹੜੇ ਫਾਈਨੈਂਸ਼ਲੀ ਵੀ ਠੀਕ ਨੇ ਜਿਹੜੇ ਕੁਛ ਨਾ ਕੁਛ ਇਹਨਾਂ ਦੇ ਬਿਜ਼ਨਸ ਉਹ ਵੀ ਛੱਡ ਛੱਡ ਕੇ ਜਾ ਰਹੇ ਨੇ ਇੱਦਾਂ ਕਿਉਂ ਇਹ ਹੋੜ ਕਿਉਂ ਮੱਚੀ ਹੋਈ ਹੈ ਸਾਰੇ ਪਾਸੇ ਇਹ ਇੱਕ ਤਾਂ ਅੱਜ ਕੱਲ੍ਹ ਆਪਣੀ ਜਿਹੜਾ ਸੱਭਿਆਚਾਰ ਘੱਟ ਰਿਹਾ ਜੀ ਆਪਣੇ ਵਤਨ ਨਾਲ ਆਪਣੀ ਧਰਤੀ ਨਾਲ ਜਿਹੜਾ ਬੱਚਿਆਂ ਦਾ ਉਹ ਪਿਆਰ ਬਹੁਤ ਘੱਟ ਗਿਆ ਕਿਉਂਕਿ ਫੋਨ ਆ ਗਏ ਨੇਗੇ ਇਹਦਾ ਅਸਲ ਜਿਹੜਾ ਮੈਨੂੰ ਮੇਰੇ ਅਕੋਰਡਿੰਗ ਮੈਨੂੰ ਰੀਜ਼ਨ ਲੱਗਦਾ ਕਿ ਸਾਡੇ ਕੋਲ ਵੀ ਓਪਰਚੁਨਿਟੀ ਸੀ ਮੇਰੇ ਚਾਚਾ ਜੀ USA ਰਹਿੰਦੇ ਆ ਉਹਨਾਂ ਨੇ ਮੈਨੂੰ ਬੜੀ ਵਾਰ ਕਿਹਾ ਤੂੰ ਸਾਡੇ ਕੋਲ ਆ ਜਾ ਪਰ ਮੈਂ ਇਹ ਚੀਜ਼ ਸੋਚ ਲਈ ਸੀ ਜੇ ਮੇਰਾ ਕੁਛ ਵੀ ਨਾ ਬਣਿਆ ਤਾਂ ਮੈਂ 2 ਸੁੱਕੀਆਂ ਰੋਟੀਆਂ ਖਾ ਕੇ ਇੱਥੇ ਰਹਿ ਲੂੰ ਪਰ ਮੈਂ ਆਪਣਾ ਵਤਨ ਛੱਡ ਕੇ ਨਹੀਂ ਜਾਣਾ ਕੁਛ ਕਈਆਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਪਿੱਛੇ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਭੈਣ ਭਰਾ ਵੀ ਹੁੰਦੇ ਨੇ ਹੋਰ ਸਾਰਾ ਪਰਿਵਾਰ ਨੂੰ ਸਟੈਂਡ ਵੀ ਕਰਨਾ ਉਹਨਾਂ ਨੂੰ ਵਿਚਾਰਿਆਂ ਨੂੰ ਮਜਬੂਰੀ ਕਰਨ ਜਾਣਾ ਪੈਂਦਾ ਪਰ ਜਿਹੜੇ ਇਕੱਲੇ ਇਕੱਲੇ ਬੱਚੇ ਆ ਪੇਰੈਂਟਸ ਦੇ ਜਿਨ੍ਹਾਂ ਕੋਲ ਸਭ ਕੁਛ ਇੱਥੇ ਹੈਗਾ ਉਹ ਵੀ ਹੁਣ ਬਾਹਰ ਜਾਣ ਲੱਗ ਗਏ ਜਿਸ ਗੱਲ ਦਾ ਮੈਨੂੰ ਬੜਾ ਦੁੱਖ ਹੈ ਕਿ ਉਹ ਪਹਿਲਾਂ ਹੀ ਉਹ ਹਜੇ ਉਸ ਪ੍ਰਸਥਿਤੀ 'ਤੇ ਪਹੁੰਚੇ ਵੀ ਨਹੀਂ ਹੁੰਦੇ ਅਤੇ ਉਹਨਾਂ ਨੇ ਪਹਿਲਾਂ ਹੀ ਛੋਟੇ ਹੁੰਦੇ ਹੀ ਉਹਨਾਂ ਦੇ ਦਿਮਾਗ 'ਚ ਇਹ ਗੱਲ ਪੈ ਜਾਂਦੀ ਹੈ ਕਿ ਅਸੀਂ ਬੜੇ ਹੋਵਾਂਗੇ ਅਤੇ ਬਾਹਰ ਜਾਵਾਂਗੇ ਅਤੇ ਉਹ ਬਿਲਕੁਲ ਗਰੋ ਨਹੀਂ ਕਰ ਰਹੇ ਉਹਨਾਂ ਲਈ ਮੈਨੂੰ ਥੋੜ੍ਹਾ ਦੁੱਖ ਲੱਗਦਾ ਬਾਕੀ ਪੰਜਾਬੀਆਂ ਨੇ ਬਾਹਰ ਜਾ ਕੇ ਆਪਣੇ ਪੰਜਾਬ ਦਾ ਨਾਂ ਬਹੁਤ ਰੋਸ਼ਨ ਕੀਤਾ ਪਰ ਜਿਹੜਾ ਹੁਣ ਹਰ ਇੱਕ ਹੀ ਬੱਚਾ ਬਾਹਰ ਨੂੰ ਜਾਣ ਲੱਗ ਗਿਆ ਜਿਹੜਾ ਇੱਥੇ ਮਿਹਨਤ ਹੀ ਨਹੀਂ ਕਰਨਾ ਚਾਹੁੰਦਾ ਇੱਕ ਵਾਰੀ ਕੋਈ ਹਾਰ ਕੇ ਜਾਵੇ ਤਾਂ ਮੈਂ ਮੰਨਾਂ ਬਿਲਕੁਲ ਜਦੋਂ ਆਪਾਂ ਬਿਨਾਂ ਕੋਸ਼ਿਸ਼ ਕੀਤੇ ਹੀ ਆਪਾਂ ਡਿਸੀਜਨ ਲੈ ਲਿਆ ਉਹ ਚੀਜ਼ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ ਆਪਣੇ ਸਮਾਜ ਨੂੰ ਸੋਚਣਾ ਚਾਹੀਦਾ ਉਹ ਇੱਕ ਬਹੁਤ ਵੱਡਾ ਘਾਟਾ ਪੈ ਰਿਹਾ ਆਪਾਂ ਨੂੰ ਜੀ ਕੁੰਵਰ ਜੀ ਇੰਨੇ ਸਾਲ ਹੋ ਗਏ ਹੁਣ ਲਗਭਗ 12-13 ਸਾਲ ਹੋ ਗਏ ਤੁਸੀਂ ਬਾਕਸਿੰਗ ਖੇਡ ਰਹੇ ਹੋ ਲਗਾਤਾਰ ਮੈਡਲ ਜਿੱਤ ਰਹੇ ਹੋ ਕੋਈ ਸ਼ਿਕਵਾ ਕੋਈ ਗਿਲਾ ਕਿਸੇ
कह लो कि चाहे वह सरकार है चाहे कोई कोच है चाहे इदा का कुछ रहा है भी तुम किस न गिला शिकवा हो भी मैं ये किया मेरे लिए वह चीज़ वाजिब नहीं हुई उस समय। देखो जी बहुत बारी ऐ हो कि जिथे मैं सोचता सी मैं उ बाहरलियां परिस्थितियां करके नहीं पहुंच सके उहदा कारण मेरी हार दा कारण कई बार मैं नहीं सी हुंदा कोई होर हुंदा सी पर मैं श्री गुरु ग्रंथ साहिब महाराज नूं साडा परिवार मानदा उहदे विच मैं एक सिक्ख्या उहनां तों लई सी कि हर एक दा जो भी तुहाडी पोजिशन है उहदे तुसीं खुद ही जिम्मेवार हो ते मैं जदों ओह चीज़ अपने मन च बसा ली तां जद वी कदे मेरे नाल इह होया देखो हर एक नाल ही हुंदा कोई भी किसे भी मुकाम ते पहुंचदा ओनूं ओहदे दिक्कतां आउंदियां ने ਉਹ ਦਿੱਕਤਾਂ ਐਕਚੁਅਲੀ ਤੁਹਾਨੂੰ ਰੋਕਣ ਲਈ ਨਹੀਂ ਹੁੰਦੀਆਂ ਉਹ ਤੁਹਾਨੂੰ ਸਿਖਾਉਣ ਲਈ ਤੇ ਹੋਰ ਇਨੀਸ਼ੀਏਟ ਕਰਨ ਲਈ ਹੁੰਦੀਆਂ ਨੇ ਬੂਸਟ ਕਰਨ ਲਈ ਹੁੰਦੀਆਂ ਨੇ ਜੇ ਆਪਾਂ ਨੂੰ ਸਹੀ ਮਾਇਨੇ 'ਚ ਲਈਏ ਜੀ ਤਾਂ ਮੈਂ ਮੇਰਾ ਤਾਂ ਜ਼ਿੰਦਗੀ ਦਾ ਤਜਰਬਾ ਹੈ ਜੇ ਤੁਹਾਡੀ ਨੀਅਤ ਸਾਫ਼ ਹੈ ਅਤੇ ਤੁਸੀਂ ਹਾਰਡ ਵਰਕਿੰਗ ਹੋ ਹਰ ਹੱਦ ਤੱਕ ਤੁਸੀਂ ਜਾਣ ਲਈ ਤਿਆਰ ਹੋ ਆਪਣੇ ਕਿਸੇ ਵੀ ਜਨੂੰਨ ਨਾਲ ਤਾਂ ਡੈਫੀਨੇਟਲੀ ਤੁਹਾਨੂੰ ਸਕਸੈਸ ਮਿਲਣਾ ਹੀ ਹੈ ਤੁਹਾਡਾ ਜੋ ਕੋਈ ਬੰਦਾ ਤੁਹਾਨੂੰ ਪਿੱਛੇ ਲੈ ਕੇ ਵੀ ਜਾ ਰਿਹਾ ਤਾਂ ਉਹ ਵੀ ਤੁਹਾਡੇ ਫਾਇਦੇ ਲਈ ਲੈ ਕੇ ਜਾ ਰਿਹਾ ਨੇਸਵੇਰ ਹੋ ਸਕਦਾ ਪਰ ਮਿਲੇਗਾ ਜ਼ਰੂਰ ਨਹੀਂ ਰੁਕਦਾ ਬੱਦਲ ਕਦੇ ਸੂਰਜ ਨੂੰ ਲੁਕੋ ਕੇ ਨਹੀਂ ਰੱਖ ਸਕਦੇ ਜਿਹਨੇ ਚਮਕਣਾ ਉਹਨੇ ਚਮਕ ਹੀ ਜਾਣਾ ਜੀ ਬਿਲਕੁਲ ਅਤੇ ਮੈਂ ਇਹੀ ਬੱਚਿਆਂ ਨੂੰ ਤੁਹਾਡੇ ਆਪਣੇ ਯੂਥ ਨੂੰ ਆਪਣੇ ਜਿਹੜੇ ਬੌਕਸਰਸ ਨੇ ਜਾਂ ਸਪੋਰਟਸਮੈਨ ਨੇ ਉਹਨਾਂ ਨੂੰ ਇਹੀ ਗੱਲ ਕਹਿਣਾ ਕਿ ਹਮੇਸ਼ਾ ਆਪਣੇ ਰਿਸਪੋਂਸੀਬਲ ਬਣੋ ਹਰ ਇੱਕ ਆਪਣੀ ਜਿੱਥੋਂ ਤੱਕ ਮੈਂ ਆਪਣੇ ਵੱਡਿਆਂ ਤੋਂ ਸਿੱਖਿਆ ਉਹਨਾਂ ਨੇ ਸਾਨੂੰ ਇਹੀ ਗੱਲ ਸਿਖਾਈ ਸੀ ਕਿ ਤੁਸੀਂ ਖੁਦ ਜ਼ਿੰਮੇਵਾਰ ਹੋ ਆਪਣੀ ਹਾਰ ਦੇ ਵੀ ਆਪਣੀ ਜਿੱਤ ਦੇ ਵੀ ਬਾਕੀ ਐਡੇ ਵੱਡੇ ਵੱਡੇ ਦੇਖੋ ਮੈਰੀ ਕੌਮ ਹੈ ਮੈਂ ਉਹਨਾਂ ਨਾਲ ਰਿਹਾ ਜੀ ਸਾਡੇ ਕੈਂਪਾਂ 'ਚ ਰਿਹਾ ਉਹਨਾਂ ਦੀ ਜੇ ਮੈਂ ਟਾਈਮ ਜ਼ਿਆਦਾ ਨਹੀਂ ਲੱਗਣਾ ਪਰ ਉਹਨਾਂ ਦੀ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਮਿਸਾਲ ਉਹਨਾਂ ਦੀ ਸ਼ੇਅਰ ਕਰਦਾ ਕਿ ਉਹ 5 ਸਾਲ ਵਰਲਡ ਚੈਂਪੀਅਨ ਰਹੇ 5 ਤੋਂ 6 ਸਾਲ ਵਰਲਡ ਚੈਂਪੀਅਨ ਰਹੇ ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਓਲੰਪਿਕ ਦਾ ਮੈਡਲ ਲੈਣਾ ਪਰ ਕੁੜੀਆਂ ਦੀ ਗੇਮ ਓਲੰਪਿਕਸ 'ਚ ਨਹੀਂ ਸੀਗੀ ਜੀ ਪਰ ਉਹਨਾਂ ਦੇ ਅੰਦਰ ਜਨੂੰਨ ਇੰਨਾ ਸੀ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਨੇ ਜਨਮ ਦਿੱਤਾ ਬੱਚਿਆਂ ਨੂੰ ਉਸ ਤੋਂ ਬਾਅਦ ਵੀ ਉਹਨਾਂ ਨੇ ਬੌਕਸਿੰਗ ਨਹੀਂ ਛੱਡੀ ਕਿਉਂਕਿ ਉਹਨਾਂ ਦਾ ਸੁਪਨਾ ਸੀ ਕਿ ਮੈਂ ਹਰ ਹਾਲਤ ਓਲੰਪਿਕਸ 'ਚ ਹਾਲਾਂਕਿ ਗੇਮ ਹੈ ਨਹੀਂ ਸੀਗੀ ਅਤੇ ਦੇਖੋ ਕੁਦਰਤ ਨੇ ਕੀ ਕੀਤਾ ਉਹਨਾਂ ਉਹ ਗੇਮ ਓਲੰਪਿਕਸ ਦੇ ਵਿੱਚ ਐਡ ਹੋ ਗਈ ਐਡ ਹੋਈ ਤਾਂ ਕੀ ਹੋਇਆ ਜੀ ਉਹਨਾਂ ਦਾ ਵੇਟ ਨਹੀਂ ਆਇਆ ਇੰਡੀਆ ਨੂੰ ਕੁਆਲੀਫਾਈ ਨਹੀਂ ਹੈਗਾ ਸੀ ਵੇਟ ਉਹਨਾਂ ਨੇ ਆਪਣਾ ਵੇਟ ਚੇਂਜ ਕਰ ਲਿਆ ਜਿਹਦੇ ਵਿੱਚ ਉਹਨਾਂ ਨੂੰ ਬਹੁਤ ਦਿੱਕਤ ਆਈ ਫਿਰ ਵੇਟ ਚੇਂਜ ਕੀਤਾ ਤਾਂ ਉਹ ਕੁਆਲੀਫਾਈ ਟੂਰਨਾਮੈਂਟ ਜਦੋਂ ਖੇਡਣ ਗਏ ਤਾਂ ਉੱਥੇ ਉਹ ਕੁਆਟਰ ਫਾਈਨਲ ਦੇ ਵਿੱਚ ਯਾਨੀ ਕਿ 4th ਪੋਜੀਸ਼ਨ 'ਚ ਆ ਗਏ ਔਰ ਪਹਿਲੇ 3 ਜਿਹੜੇ ਸੀਗੇ ਸਪੋਰਟਸ ਬਾਕਸਰ ਸੀਗੇ ਹਾਂ ਉਹ ਸਿਲੈਕਟ ਹੋ ਗਏ ਓਲੰਪਿਕਸ ਦੇ ਲਈ ਪਰ ਫਿਰ ਵੀ ਉਹਨਾਂ ਦਾ ਜਨੂੰਨ ਦੇਖ ਕੇ ਯੂਨੀਵਰਸ ਨੇ ਉਹਨਾਂ ਨੂੰ ਇੰਨਾ ਤਕੜਾ ਮੌਕਾ ਦਿੱਤਾ ਕਿ ਜਿਹੜੀ ਪਹਿਲੇ ਨੰਬਰ 'ਤੇ ਕੁੜੀ ਸੀ ਉਹ ਡੋਪ 'ਚ ਆ ਗਈ ਜੀ ਫਿਰ ਇਹਨਾਂ ਦੀ ਸਿਲੈਕਸ਼ਨ ਹੋ ਗਈ ਉੱਥੇ ਜਾ ਕੇ ਇਹਨਾਂ ਦਾ ਮੈਡਲ ਆਇਆ ਮੈਡਲ ਆਇਆ ਅਤੇ ਸਭ ਕੁਛ ਹੀ ਫਿਰ ਯਾਨੀ ਕਿ ਇਹ ਸਟੋਰੀ ਤੋਂ ਆਪਾਂ ਇਹ ਸਿੱਖ ਸਕਦੇ ਹਾਂ ਵੀ ਜਿੱਥੇ ਰਸਤਾ ਨਹੀਂ ਵੀ ਹੈ ਜੇ ਤੁਹਾਡੇ 'ਚ ਜਨੂੰਨ ਹੈ ਤੁਹਾਡੇ 'ਚ ਮਿਹਨਤ ਹੈ ਤਾਂ ਬਣ ਜਾਂਦਾ ਔਰ ਇਹੀ ਚੀਜ਼ ਮੈਂ ਜਿਵੇਂ ਤੁਸੀਂ ਬਾਹਰ ਜਾਣ ਵਾਲੇ ਬੱਚਿਆਂ ਦੀ ਗੱਲ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਕਰ ਰਹੇ ਹਾਂ ਹੱਥ ਜੋੜ ਕੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਫਾਈਟਰ ਬਣਾਓ ਬਿਲਕੁਲ ਨਾ ਕਿ ਉਹਨਾਂ ਨੂੰ ਕੰਫਰਟ ਜ਼ੋਨ ਦੇ ਵਿੱਚ ਰੱਖ ਕੇ ਔਰ ਮੈਂ ਤੁਹਾਨੂੰ ਇੱਕ ਗੱਲ ਸੱਚ ਦੱਸਦਾ ਜੀ ਇੱਥੋਂ ਜਾ ਕੇ ਉਹਨਾਂ ਦੀ ਸਾਰੀ ਉਮਰ ਸਟਰਗਲ ਹੈ ਬਿਲਕੁਲ ਜੇ ਉਹ 15 ਸਾਲ 20 ਸਾਲ ਸ਼ੁਰੂਆਤੀ ਸਟਰਗਲ ਕਰ ਲੈਂਦੇ ਨੇ ਸਾਰੀ ਉਮਰ ਉਹ ਆਪਣੇ ਆਰਾਮਦਾਇਕ ਹੈ ਉੱਥੇ ਸਾਡੇ ਵੀ ਰਿਸ਼ਤੇਦਾਰ ਗਏ ਹੈ ਉਹ ਵਿਚਾਰੇ ਮਤਲਬ ਕੰਟੀਨਿਊਲੀ ਕੰਮ ਕਰ ਰਹੇ ਹੈ ਉਹ ਮਸ਼ੀਨਾਂ ਬਣੇ ਹੋਏ ਮਸ਼ੀਨਾਂ ਬਣੇ ਹੋਏ ਹੈ ਜੀ ਕੁਮਰ ਜੀ ਫਿਊਚਰ ਪਲਾਨ ਨੇ ਜਿਹੜੇ ਉਹ ਕੀ ਨੇ ਹੁਣ ਤੁਸੀਂ ਕੀ ਫਿਊਚਰ ਪਲਾਨ ਬਾਰੇ ਸੋਚ ਰਹੇ ਹੋ ਵੀ ਕੀ ਕਰਨਾ ਅੱਗੇ ਫਿਊਚਰ ਪਲਾਨ ਮੇਰਾ ਮੇਨ ਮਕਸਦ ਹੈ ਜੀ ਕਿ ਮੈਂ ਕੋਸ਼ਿਸ਼ ਕਰੂੰਗਾ ਆਪਣੀ ਹਰ ਹਾਲਤ ਦੇ ਵਿੱਚ ਕੋਈ ਵੱਡਾ ਇੰਡੀਆ ਨੂੰ ਆਪਣੇ ਪੰਜਾਬ ਨੂੰ ਕੋਈ ਇੱਕ ਮੈਡਲ ਦੇ ਕੇ ਅੱਜ ਮੇਰੇ ਕੋਲ ਪਰਮਾਤਮਾ ਨੇ ਸਭ ਕੁਛ ਹੈ ਜੀ ਮੇਰੇ ਕੋਲ ਜੋਬ ਹੈ ਸਭ ਕੁਛ ਮੈਂ ਕੰਫਰਟ ਲਾਈਫ ਆਪਣੀ ਜਿਉਂ ਸਕਦਾ ਬਟ ਇੱਕ ਮੇਰੀ ਰਿਸਪੋਂਸੀਬਿਲਟੀ ਹੈ ਮੈਂ ਵਿੱਚੋਂ 3-4 ਸਾਲ ਸਪੋਰਟਸ ਛੱਡਤੀ ਸੀ ਅਤੇ ਮੈਂ ਆਪਣੀ ਫੈਮਿਲੀ ਨੂੰ ਟਾਈਮ ਦੇਣ ਲੱਗ ਗਿਆ ਸੀ ਪਰ ਫਿਰ ਮੈਂ ਦੇਖਿਆ ਕਿ ਹਰ ਇੱਕ ਇਨਸਾਨ ਜੋ ਕਿਸੇ ਮੁਕਾਮ 'ਤੇ ਪਹੁੰਚਦਾ ਜਿਹੜੇ ਅੱਛੇ ਇਨਸਾਨ ਨੇ ਉਹ ਪੇ ਬੈਕ ਕਰਦੇ ਆ ਆਪਣੀ ਸੋਸਾਇਟੀ ਨੂੰ ਤਾਂ ਮੈਂ ਚਾਹੁੰਦਾ ਕਿ ਮੈਂ ਵੀ ਆਪਣੇ ਹੁਣ ਜਿਸ ਦਿਨ ਦਾ ਮੈਂ ਜੁਆਇਨ ਕੀਤਾ ਜੀ ਆਪਣੀ ਦੁਬਾਰੇ ਗੇਮ ਸਟਾਰਟ ਕੀਤੀ ਹੁਣ ਮੇਰੇ ਕਈ ਮੈਡਲ ਆਏ ਨੇਗੇ ਨੈਸ਼ਨਲ ਲੈਵਲ 'ਤੇ ਮੈਡਲ ਵਧੀਆ ਜੋ ਆਏ ਨੇਗੇ ਹੁਣ ਵੀ ਮੈਂ ਇੱਕ ਇੰਟਰਨੈਸ਼ਨਲ ਟੂਰਨਾਮੈਂਟ 'ਚ ਗੋਲਡ ਮੈਡਲ ਲੈ ਕੇ ਆਇਆ ਨੇਪਾਲ ਦੇ ਵਿੱਚ ਉੱਥੇ ਮੈਂ 2 ਟਾਈਮ ਦਾ ਸੈਫ ਗੇਮਸ ਮੈਡਲਿਸਟ ਅਤੇ ਹੁਣ ਜਿਹੜਾ ਉਹ ਮੁੰਡਾ ਏਸ਼ੀਅਨ ਗੇਮਸ ਰੀਪ੍ਰਜੈਂਟ ਕਰਨਗੇ ਉਹਨੂੰ ਹਰਾ ਕੇ ਮੈਡਲ ਗੋਲਡ ਲੈ ਕੇ ਆਇਆ ਜੀ ਅਤੇ
मैं जिस दिन का ज्वाइन किया मैं सेंटर दे विच साड़ी स्ट्रेंथ बढ़ गई है सिर्फ उन्होंने के भाजी आउंदे है ते वो मेरे नाल बच्चे प्यार करते हैं सा सीखते हैं कोच साहबाना बड़ा खुशी होंगी है कि सीनियर बॉक्सर आते और वो जिहड़े बच्चे अपना टाइम वेस्ट करते बार बारे सोचते पढ़ते नहीं सी हुण जिवें जिवें हाँ जी हाँ जी हाँ जी और तुसीं ऑटोमैटिकली जिहड़ी स्ट्रेंथ है जे दस बच्चे भी साढ़े करके अपनी डेडिकेशन नाल कोई काम कर लगे तो मैं समझता कि मैं अपना जो मैनू परमात्मा ने यूनिवर्स ने मैनू मेरी मेहनत का फल दिता ओदा मैं अपने रिटर्न करता। हाँ जी हाँ जी हाँ जी जी कुमर जी सो असी उम्मीद करते हैं कि जेडे तुहाडे फ्यूचर प्लान ने कामयाब होवो तुसी सक्सैस होवो तुहानू होर दो चार मैडल लिया के असी भी कहीए भी असी कुमर होना नू जानदे हैंगे ते जेकर गल नेचर दी करिए तुसी नेचर दे नाल बहुत ज़्यादा जुड़े हुए हो जिन्ना कि मैं देखिया तुसी बहुत थावां ते एफर्ट्स मारदे हो असी नेचर तो बहुत भज रहे हुण पिछले टाइम दे विच हड़ भी आए सारा कुछ आया मैनूं लगदा कितना कितने कारण है जिहड़ा बहुत ही हद तक इंसान है उन्हां सारियां चीज़ां दा कुदरत दे नालों टुट्टण दा कारण की है असी क्यों असी कोई पानी दी वेस्टेज हो गया दरख्त हो गए पशु पंछी हो गए असी किसी चीज़ वल भी ध्यान नहीं है उहदा कारण सब तो वड्डा की मानदे हो तुसी मेरे अकॉर्डिंग उहदा जिहड़ा कारण है जी उह टैक्नोलॉजी है जिथे कि आपां टैक्नोलॉजी नूं इक चंगे लई यूज करना सी उत्थे टैक्नोलॉजी दे आपां दबा हेठ आ गए सारे हुण फोन आ गए गैजट्स आ गए आपां नूं लगदा सारा काम बहुत सौखा है असी इत्थों बैठे ही सब कुछ कर देना है बट नेचर इस तरह नहीं चलती हैगी नेचर दे विच जे तुसीं नेचर नूं समझना है सारा कुछ देखो एक एड्डी वड्डी साइंस है हर एक चीज़ अपने आप नूं रीजनरेट कर लैंदी है तुसीं किसे कोई किसे चीज़ नूं एक्सप्लॉइट कर लो तुसीं ईवन के तुसीं ला लो भी आपां खेतां दे विच इक्को ही फसल नूं बार बार आपां उगाई जाइए उगाई उहदे सारे मिनरल्स मुक जाणे पर नेचर एक एड्डी साइंस है तुसीं उहनूं थोड़े टाइम लई छड्ड दो उहने अपने आप च पूरा हो जाणा रीजनरेट कर लैणा उहने ते नेचर साडी मदर है ਅਸੀਂ ਆਪਣੀ ਮਦਰ ਨਾਲ ਟੁੱਟ ਗਏ ਤਾਂ ਹੀ ਅੱਜ ਕੱਲ੍ਹ ਤੁਸੀਂ ਦੇਖੋ ਕਿ ਛੋਟੀਆਂ ਛੋਟੀਆਂ ਪ੍ਰੋਬਲਮਸ ਬੜੀਆਂ ਬਣ ਚੁੱਕੀਆਂ ਨੇ ਬਿਲਕੁਲ ਜਿਹੜੀਆਂ ਕਿ ਪਹਿਲਾਂ ਜ਼ਮਾਨੇ ਦੇ ਵਿੱਚ ਕੋਈ ਉਹਨਾਂ 'ਤੇ ਗੌਰ ਵੀ ਨਹੀਂ ਸੀ ਕਰਦਾ ਅੱਜ ਕੱਲ੍ਹ ਤੁਸੀਂ ਦੇਖੋ ਵੀ ਸੌਣਾ ਸਲੀਪ ਪੈਟਰਨ ਜੀ ਇੱਕ ਆਪਣੇ ਲਈ ਬਹੁਤ ਵੱਡੀ ਉਹ ਬਣੀ ਪਈ ਇਸ਼ੂ ਬਣਿਆ ਹੋਇਆ ਉਹਦਾ ਕਾਰਨ ਇਹੀ ਹੈ ਕਿ ਇਨਸਾਨ ਆਪਣੇ ਨੇਚਰ ਨਾਲ ਟੁੱਟ ਗਿਆ ਜੀ ਅਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਹਰ ਇੱਕ ਇਨਸਾਨ ਨੂੰ ਇੱਕ ਘੰਟਾ ਆਪਣੀ ਲਾਈਫ ਦਾ ਨੇਚਰ ਨੂੰ ਦੇਣਾ ਚਾਹੀਦਾ ਚਾਹੇ ਉਹ ਬੂਟੇ ਉਗਾਵੇ ਚਾਹੇ ਉਹ ਜਾਨਵਰਾਂ ਨਾਲ ਬਾਹਰ ਜਾਵੇ ਉਹ ਇੱਕ ਵਾਰੀ ਆਪਣਾ ਟਾਈਮ ਨੇਚਰ ਨੂੰ ਸਪੈਂਡ ਜ਼ਰੂਰ ਕਰੇ ਉਹਦੇ ਨਾਲ ਬਹੁਤ ਕੁਛ ਉਹਨੂੰ ਨੇਚਰ ਤੋਂ ਬੰਦਾ ਸਿੱਖਦਾ ਜੀ ਕੁੰਵਰ ਜੀ ਕੋਈ ਸੁਨੇਹਾ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਂ ਨਵੇਂ ਬਾਕਸਰਾਂ ਨੂੰ ਜਾਂ ਕੋਈ ਵੀ ਪਲੇਅਰ ਹੈ ਜੇ ਤੁਸੀਂ ਦੇਣਾ ਚਾਹੋ ਤਾਂ ਕੀ ਕਹਿਣਾ ਚਾਹੋਗੇ ਮੈਂ ਆਪਣੇ ਬੋਕਸਰਸ ਨੂੰ ਆਪਣੇ ਯੂਥ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕੋਈ ਮੇਰਾ ਜੋ ਮੇਨ ਹੈ ਕਿ ਅਸੀਂ ਹੁਣ ਜਦੋਂ ਦੇਖਦੇ ਹਾਂ ਕਿ ਸਾਡੇ ਸੁਸਾਇਟੀ ਸਾਡੇ ਪਿੰਡ ਖਾਲੀ ਹੋ ਰਹੇ ਨੇ ਕਿ ਉੱਥੇ ਕੋਈ ਰਹਿਣ ਵਾਲੇ ਨਹੀਂ ਬੱਚੇ ਬਾਹਰ ਚਲ ਗਏ ਨੇ ਪੇਰੈਂਟਸ ਸਾਰੇ ਇਕੱਲੇ ਹੈ ਅਤੇ ਯਕੀਨ ਮੰਨਿਓ ਪੇਰੈਂਟਸ ਕਦੇ ਆਪਣੇ ਬੱਚਿਆਂ ਨੂੰ ਤਾਂ ਕਹਿੰਦੇ ਨਹੀਂ ਹੈਗੇ ਕਿ ਉਹਨਾਂ ਦਾ ਦਿਲ ਟੁੱਟ ਜੂਗਾ ਪਰ ਮੈਂ ਇੱਕ ਚੀਜ਼ ਸਭ ਤੋਂ ਜ਼ਿਆਦਾ ਦੇਖੀ ਹੈ ਕਿ ਇਨਸਾਨ ਦਾ ਉਹਦੇ ਪੇਰੈਂਟਸ ਤੋਂ ਸਿਵਾਏ ਉਹਦਾ ਦਰਦ ਸਮਝਣ ਵਾਲਾ ਕੁਛ ਵੀ ਨਹੀਂ ਉਹਦੇ ਸੰਸਾਰ 'ਤੇ ਇੱਕ ਬੱਚੇ ਦਾ ਇੱਕ ਉਹਦੇ ਮਾਂ ਪਿਓ ਤੋਂ ਬਿਨਾਂ ਕੋਈ ਵੀ ਨਹੀਂ ਕਿਉਂਕਿ ਮਾਂ ਪਿਓ ਹੀ ਇੱਕ ਐਸੇ ਸ਼ਖਸ ਨੇ ਜਿਹੜੇ ਤੁਹਾਡੇ ਲਈ ਮਰ ਸਕਦੇ ਆ ਬਿਲਕੁਲ ਅਤੇ ਇਨਸਾਨ ਆਪਣੇ ਕਿੱਤੇ ਲਈ ਆਪਣੇ ਮਾਂ ਪਿਓ ਤੋਂ ਭੱਜ ਰਿਹਾ ਹੈ ਪਰ ਕੱਲ੍ਹ ਨੂੰ ਉਹ ਕਾਮਯਾਬ ਵੀ ਹੋ ਜੂਗਾ ਜਦੋਂ ਉਹਦੇ ਮਾਂ ਪਿਓ ਉਹਦੇ ਕੋਲ ਨਹੀਂ ਰਹਿਣੇ ਜੀ ਤਾਂ ਉਹਦੀ ਕਾਮਯਾਬੀ ਨੇ ਵੀ ਉਹਨੂੰ ਖਾਣਾ ਬਿਲਕੁਲ ਅਤੇ ਮੈਂ ਬੱਚਿਆਂ ਨੂੰ ਇਹੀ ਦਰਖਾਸਤ ਇੱਕ ਬੇਨਤੀ ਦੋਵੇਂ ਹੱਥ ਜੋੜ ਕੇ ਤੁਹਾਡੇ ਚੈਨਲ ਦੇ ਥਰੂ ਕਰਨਾ ਚਾਹੂੰਗਾ ਕਿ ਤੁਸੀਂ ਬੱਚਿਓ ਆਪਣੀ ਐਫਰਟਸ ਕਰੋ ਆਪਣੇ ਪੇਰੈਂਟਸ ਦੇ ਕੋਲ ਰਹੋ ਪਰਮਾਤਮਾ ਡੈਫੀਨੇਟਲੀ ਜਿਹਨੇ ਆਪਾਂ ਨੂੰ ਸਰਵਾਈਵਲ ਦਿੱਤਾ ਹੈ ਹਰ ਇੱਕ ਚੀਜ਼ ਉਹ ਆਪਾਂ ਨੂੰ ਦੇਖੋ ਆਪਾਂ ਜਦੋਂ ਜੰਮੇ ਸੀਗੇ ਤਾਂ ਮਦਰ ਦੀ ਛਾਤੀ ਆਪਣੇ ਦੰਦ ਨਹੀਂ ਹੁੰਦੇ ਮਦਰ ਦੀ ਛਾਤੀ ਦੇ ਵਿੱਚ ਦੁੱਧ ਆ ਜਾਂਦਾ ਅਤੇ ਫਿਰ ਜਦੋਂ ਖਾਣ ਦੀ ਭੁੱਖ ਲੱਗਦੀ ਆ ਉਦੋਂ ਫਿਰ ਦੰਦ ਵੀ ਪਰਮਾਤਮਾ ਨੇਚਰ ਸਭ ਕੁਛ ਪ੍ਰੋਵਾਈਡ ਕਰਦਾ ਬਸ ਗੱਲ ਇਹ ਹੈ ਕਿ ਆਪਣੇ ਅੰਦਰ ਉਸ ਚੀਜ਼ ਨੂੰ ਆਪਾਂ ਭੱਜ ਰਹੇ ਹਾਂ ਉਸ ਚੀਜ਼ ਨੂੰ ਭੱਜਣ ਦੀ ਬਜਾਏ ਆਪਾਂ ਉਹਦਾ ਹੱਲ ਸਾਰੇ ਇਕੱਠੇ ਰਹਿ ਕੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹੀ ਕਰੀਏ ਤਾਂ ਇਹੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੀ ਕੁੰਵਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਸਮਾਂ ਦਿੱਤਾ ਸੋ ਅਸੀਂ ਦੁਆ ਕਰਦੇ ਹਾਂ ਤੁਹਾਡੇ ਬਿਹਤਰ ਫਿਊਚਰ ਦੇ ਲਈ ਅਸੀਂ ਬਹੁਤ ਸਾਰੀਆਂ ਦੁਆਵਾਂ ਦਿੰਦੇ ਹਾਂ ਅਤੇ ਬੈਸਟ ਆਫ ਲੱਕ ਹੈ ਜਿਹੜਾ ਤੁਹਾਨੂੰ ਵਿਸ਼ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ ਸੋ ਇਹ ਸਨ ਕੁੰਵਰ ਸਿੰਘ ਜੋ ਕਿ ਬਾਕਸਰ ਨੇਗੇ ਜਿਨ੍ਹਾਂ ਨੇ ਬਹੁਤ ਸਾਰੇ ਮੈਡਲ ਜਿੱਤੇ ਨੇ ਜਿਹੜੇ ਬਤੌਰ ਫੂਡ ਇੰਸਪੈਕਟਰ ਕੰਮ ਵੀ ਕਰ ਰਹੇ ਨੇ ਸੋ ਇਕੱਲੇ ਇਹ ਕਹਿ ਲਓ ਕਿ ਇਹ ਪਲੇਅਰ ਹੀ ਨਹੀਂ ਹੈ
ਇਹ ਬਹੁਤ ਜ਼ਿਆਦਾ ਹਾਇਰ ਸਟੱਡੀ ਹੈ ਜਿਹੜੀ ਉਹਦੇ ਵਿੱਚ ਵੀ ਧਿਆਨ ਰੱਖਦੇ ਨੇ ਪੀ ਸੀ ਐੱਸ ਵਗੈਰਾ ਦੇ ਐਗਜ਼ਾਮ ਨੂੰ ਵੀ ਇਹ ਕਹਿ ਲਓ ਕਿ ਲਾਸਟ ਇੰਟਰਵਿਊ ਤੋਂ ਵਾਪਸ ਆਏ ਨੇ ਸੋ ਹਰ ਇੱਕ ਚੀਜ਼ ਨੂੰ ਇਹਨਾਂ ਨੇ ਬਰਾਬਰ ਦੀ ਇੰਪੋਰਟੈਂਸ ਦਿੱਤੀ ਹੈ ਇਸੇ ਕਰਕੇ ਅੱਜ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਕਸੈਸ ਨੇ ਸੋ ਇਹਨਾਂ ਦੀ ਕਹਾਣੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਹੈ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਨਾਲ ਸਾਂਝੀ ਹੈ ਜਿਹੜੀ ਉਹ ਜ਼ਰੂਰ ਕਰ ਸਕਦੇ ਹੋ ਇਸੇ ਤਰ੍ਹਾਂ ਕਿਸੇ ਹੋਰ ਪਲੇਅਰ ਦੇ ਨਾਲ ਵੀ ਤੁਹਾਨੂੰ ਇੰਟਰੋਡਿਊਸ ਕਰਾਂਗੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ